Recibe, creo, ABB Sanja, Josh, Jazba, Junoon. ਵਾਲੇ ਸ਼ਹਿਨਾਜ਼ ਨੂੰ ਫੇਸ ਕਰਨ ਲਈ ਹਿਮਾਂਸ਼ੀ ਕਿੰਨੀ ਤਿਆਰ ਹੈ? ਮੈਂ ਪਹਿਲੇ ਤੋਂ ਇਹ ਸੋਚ ਕੇ ਜਾ ਰਹੀ ਹਾਂ ਕਿ ਮੈਂ ਸਿਰਫ ਆਪਣੇ ਲਈ ਜਾ ਰਹੀ ਹਾਂ। ਹਿਮਾਂਸ਼ੀ ਨੇ ਵੀ ਨਾ ਪੂਰੀ ਕੋਸ਼ਿਸ਼ ਕੀਤੀ ਸ਼ਹਿਨਾਜ਼ ਨੂੰ ਡੀਫੇਮ ਕਰਨ ਦੀ। ਉਹਨਾਂ ਦੇ ਮਾਈਂਡ 'ਚ ਜੋ ਵੀ ਸਟ੍ਰੈਟਜੀਜ਼ ਨੇ, ਜੋ ਵੀ ਉਹ ਸੋਚ ਰਹੇ ਨੇ, ਤਾਂ ਉਹ ਬਹੁਤ ਵਧੀਆ ਆ ਔਰ ਗੁੱਡ ਫੋਰ ਹਰ। ਮੈਨੂੰ ਉਹ ਚੀਜ਼ਾਂ ਦੇਖ ਕੇ ਐਂ ਲੱਗਦਾ ਕਿ ਅਗਰ ਇਹ ਲੜਕੀ ਵਾਕਈ ਸਹੀ ਹੈ ਤਾਂ ਵਾਟ ਇਜ਼ ਦਿਸ, ਅਗਰ ਇਹ ਸਹੀ ਹੈ ਤਾਂ ਵਾਟ ਇਜ਼ ਦਿਸ। ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਦੋਸਤੀ ਹੋ ਸਕਦੀ ਹੈ? ਲੱਗਦਾ ਤੁਸੀਂ ਫੇਮ ਫੇਮ ਨੂੰ ਦਿੱਤਾ, ਉਹਦਾ ਮਲਾਲ ਹੈਗਾ? ਅਗਰ ਤੁਸੀਂ ਨਾ ਰਿਐਕਟ ਕੀਤਾ ਹੁੰਦਾ ਸ਼ਾਇਦ ਅੱਜ ਸ਼ਹਿਨਾਜ਼ ਉੱਥੇ ਨਾ ਹੁੰਦਾ। ਸੀ, ਮੈਂ ਤੁਹਾਨੂੰ ਇਹ ਗੱਲ ਪਹਿਲੇ ਵੀ ਬੋਲੀ, ਆਪਾਂ ਹਿਊਮਨ ਬੀਂਗ ਆ, ਹੈ ਨਾ, ਆਪਾਂ ਇਨਸਾਨ ਹੈ। ਸੋ ਜੇ ਰਿਐਕਟ, ਦੇਖੋ ਜੋ ਵੀ ਹੁੰਦਾ ਨਾ, ਮੈਂ ਮੰਨਦੀ ਹਾਂ ਪਰਪਸਲੀ ਹੁੰਦਾ, ਹਰ ਬੰਦੇ ਦੀ ਨੇਚਰ। ਤੁਹਾਨੂੰ ਸ਼ਹਿਨਾਜ਼ ਤੋਂ ਡਰ ਲੱਗ ਰਿਹਾ ਕਿ ਆਪਣੇ ਆਪ ਤੋਂ ਡਰ ਲੱਗ ਰਿਹਾ? ਓਬਵੀਅਸਲੀ ਅਸੀਂ ਇੱਕ ਦੋ ਬਿਲਕੁਲ ਡਿਫਰੈਂਟ ਪਰਸਨੈਲਿਟੀਜ਼ ਆ। ਮੈਂ ਸੱਚੀ ਦੱਸ ਰਹੀ, ਮੈਨੂੰ ਕੁਛ ਨਹੀਂ ਪਤਾ। ਅੱਛਾ, ਕਿਹੜੀ ਚੀਜ਼ ਹੈ ਕਿ ਜਿੱਥੇ ਤੁਹਾਨੂੰ ਡਰ ਲੱਗ ਰਿਹਾ ਕਿ ਮੈਨੂੰ ਆਹ ਨਾ ਕਰਨਾ ਪਵੇ ਬਿਗ ਬੌਸ ਦੇ ਘਰ ਦੇ ਵਿੱਚ? ਬਸ ਜਿਹੜਾ ਸਵੇਰੇ ਉੱਠ ਕੇ ਡਾਂਸ ਜਿਹਾ ਕਰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਭਵਨੀਤ ਕੌਸ਼ਲ, ਤੁਸੀਂ ਵੇਖ ਰਹੇ ਹੋ ABP ਸਾਂਝਾ। ਅਤੇ ਅੱਜ ਦੇ ਸਾਂਝਾ ਸਟਾਰ ਦੇ ਵਿੱਚ ਇੱਕ ਐਸੀ ਮਹਿਮਾਨ ਮੌਜੂਦ ਹੈ ਜਿਸ ਨੂੰ ਜਲਦ ਹੀ ਇਹ ਆਵਾਜ਼ ਸੁਣਨ ਨੂੰ ਮਿਲੇਗੀ ਕਿ ਬਿਗ ਬੌਸ ਚਾਹੁੰਦੇ ਨੇ ਕਿ ਹਿਮਾਂਸ਼ੀ ਖੁਰਾਨਾ ਆਪਣੇ ਦਿਲ ਦੀ ਗੱਲ ਦੱਸੇ। ਵੈਲਕਮ ਹਿਮਾਂਸ਼ੀ, ਵੈਲਕਮ ਟੂ ABP। ਥੈਂਕ ਯੂ। ਅਤੇ ਫਾਈਨਲੀ ਤੁਸੀਂ ਬਿਗ ਬੌਸ ਦੇ ਘਰ ਦੇ ਵਿੱਚ ਜਾ ਰਹੇ ਹੋ ਅਤੇ ਇਹ ਖਬਰ ਸਾਨੂੰ ਮਿਲੀ ਅਤੇ ਮੈਂ ਕਿਹਾ ਲੈਟਸ ਟਰਾਈ ਹਰ ਇੰਟਰਵਿਊ। ਅੱਜ ਬਹੁਤ ਸਾਰੀ ਪੈਕਿੰਗ ਚੱਲ ਰਹੀ ਸੀ, ਜਾਣ ਦੀ ਪੂਰੀ ਤਿਆਰੀ ਕਰ ਚੁੱਕੇ ਹੋ, ਤਾਂ ਕੀ ਚੱਲ ਰਿਹਾ ਦਿਮਾਗ ਦੇ ਵਿੱਚ? ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ। ਮੈਂ ਬਹੁਤ ਨਿਊਟਰਲ ਹਾਂ ਐਕਚੁਅਲੀ, ਬੜਾ ਠੀਕ ਹੈ। ਇਟਸ ਅ ਓਪਰਚੁਨਿਟੀ ਫੋਰ ਮੀ, ਓਨਲੀ ਮੀ, ਤਾਂ ਕੋਈ ਹੋਰ ਇਹਦੇ ਵਿੱਚ ਇਨਵੋਲਵ ਨਹੀਂ ਆ। ਸੋ ਲੋਕ ਮੈਨੂੰ ਹਿਮਾਂਸ਼ੀ ਖੁਰਾਨਾ ਦੇ ਤੌਰ 'ਤੇ ਪੰਜਾਬ ਵਾਲੇ ਜਾਣਦੇ ਆ, ਬਾਏ ਪਰਸਨ ਵੀ ਜਾਣਦੇ ਆ, ਅਤੇ ਇੰਡੀਆ ਲੈਵਲ ਦੇ ਉੱਤੇ ਜੇ ਮੇਰੇ 1-2 ਗਾਣੇ ਹਿੱਟ ਹੋਏ ਜਿਹੜੇ, ਤਾਂ ਉਹ ਬਾਏ ਨੇਚਰ ਔਰ ਬਾਏ ਪਰਸਨੈਲਿਟੀ ਮੈਨੂੰ ਦੇਖਣਾ ਚਾਹੁੰਦੇ। ਸੋ ਫਿਰ ਮੈਂ ਆਪਣੇ ਲਈ ਜਾ ਰਹੀ ਹਾਂ। ਤਾਂ ਤੁਹਾਨੂੰ ਪਤਾ ਹੈ ਕਿ ਆਲਰੇਡੀ ਬਿਗ ਬੌਸ ਦੇ ਜਿਹੜੀਆਂ ਨੇ ਆਲਮੋਸਟ 1 ਮਹੀਨਾ ਨਿਕਲ ਚੁੱਕਿਆ, ਫਸਟ ਫਿਨਾਲੇ ਇਹਨਾਂ ਦਰ 'ਤੇ ਖੜਾ ਹੈ, ਅਤੇ ਬਹੁਤ ਸਾਰੀ ਚੀਜ਼ਾਂ ਹੋ ਚੁੱਕੀਆਂ ਨੇ, ਅਤੇ ਹਿਮਾਂਸ਼ੀ ਉਸ ਘਰ ਦੇ ਮਾਹੌਲ ਲਈ ਕਿੰਨਾ ਤਿਆਰ ਹੈ? ਸੀ, ਦੇਖੋ ਮੈਂ ਹੁਣੀ ਆਪਾਂ ਗੱਲ ਕਰਦੇ ਸੀਗੇ ਕਿ ਹਰ ਬੰਦੇ ਲਈ ਕੋਈ ਬੰਦਾ ਸਹੀ ਹੋ ਸਕਦਾ ਉਹ ਬੰਦਾ ਮੇਰੇ ਲਈ ਬਿਲਕੁਲ ਨਾ ਸਹੀ ਹੋਵੇ, ਅਤੇ ਜਿਹੜਾ ਬੰਦਾ ਮੇਰੇ ਲਈ ਵਧੀਆ ਆ ਹੋ ਸਕਦਾ ਦੂਜੇ ਲਈ ਵਧੀਆ ਨਾ ਹੋਵੇ। ਦਿਸ ਇਜ਼ ਕਾਲਡ ਕਨੈਕਸ਼ਨ, ਹੈ ਨਾ, ਇਹੀ ਕਨੈਕਸ਼ਨ ਹੁੰਦੇ, ਇਹੀ ਰਿਸ਼ਤੇ ਹੁੰਦੇ ਆ। ਸੋ ਮੈਨੂੰ ਐਂ ਲੱਗਦਾ ਆ ਵੀ ਜੇ ਮੈਂ ਪਹਿਲੇ ਤੋਂ ਕੋਈ ਧਾਰਨਾ ਬਣਾ ਕੇ ਜਾਊਂਗੀ ਵੀ ਉਹ ਉਹਦੇ ਨਾਲ ਲੜ ਰਿਹਾ, ਉਹਦੇ ਨਾਲ ਲੜ ਰਿਹਾ, ਹੋ ਸਕਦਾ ਉਹ ਬੰਦਾ ਮੇਰੇ ਲਈ ਵਧੀਆ ਹੋਵੇ, ਹੋ ਸਕਦਾ ਵੀ ਉਹਦੇ ਕਮਿਊਨੀਕੇਸ਼ਨ ਸਕਿੱਲਸ ਆਪਸ 'ਚ ਉਹ ਲੋਕਾਂ ਦੇ ਵਧੀਆ ਨਹੀਂ ਹੈਗੇ ਤਾਂ ਉਹ ਲੜ ਰਿਹਾ। ਸੋ ਫਿਰ ਮੈਨੂੰ ਇਹ ਲੱਗਦਾ ਕਿ ਮੈਨੂੰ ਸ਼ੁਰੂਆਤ ਤੋਂ ਸ਼ੁਰੂ ਕਰਨਾ ਚਾਹੀਦਾ ਹੈ, ਸ਼ੁਰੂ ਤੋਂ, ਲਾਈਕ ਵੀ ਪਹਿਲੇ ਦਿਨ ਜਾ ਕੇ ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕਰਾਵਾਂ ਔਰ ਮੈਂ ਉਹਨਾਂ ਬਾਰੇ ਜਾਣਾ, ਫਿਰ ਦੇਖਾਂਗੇ ਕਿ ਕੌਣ ਮੇਰੇ ਲਈ ਸਹੀ ਆ, ਕੌਣ ਮੇਰੇ ਲਈ ਗਲਤ ਆ, ਉਹ ਮੈਂ ਮਿਲ ਕੇ ਹੀ ਦੱਸ ਸਕਦੀ ਹਾਂ, ਪਹਿਲੇ ਮੈਂ ਜਜਮੈਂਟਲ ਨਹੀਂ ਹੋ ਸਕਦੀ। ਬਟ ਹੁਣ ਆਪਾਂ ਨਾਮ ਲੈ ਹੀ ਸਕਦੇ ਹਾਂ ਕਿਉਂਕਿ ਸਿੱਧਾ ਤੁਸੀਂ ਫੇਸ ਕਰਨ ਵਾਲੇ। ਸ਼ਹਿਨਾਜ਼ ਨੂੰ ਫੇਸ ਕਰਨ ਲਈ ਹਿਮਾਂਸ਼ੀ ਕਿੰਨੀ ਤਿਆਰ ਹੈ? ਫੇਸ ਮੈਂ ਪਹਿਲੇ ਤੋਂ ਇਹ ਸੋਚ ਕੇ ਜਾ ਰਹੀ ਹਾਂ ਕਿ ਮੈਂ ਸਿਰਫ ਆਪਣੇ ਲਈ ਜਾ ਰਹੀ ਹਾਂ। ਮੈਂ ਪਹਿਲੇ ਵੀ ਇਹ ਗੱਲ ਬੋਲੀ ਸੀਗੀ, ਮੈਂ ਮੈਂ ਰੀਸੈਂਟਲੀ ਇੱਕ ਈਵੈਂਟ 'ਤੇ ਗਈ ਅਤੇ ਉੱਥੇ ਇੰਟਰਵਿਊ ਹੋਇਆ। ਹੁਣ ਇਹ ਗੱਲ ਨਾ ਮੈਂ ਆਈ ਥਿੰਕ ਮੈਂ ਤੁਹਾਡੇ ਕੋਲ ਇਹ ਕਹਿ ਸਕਦੀ ਹਾਂ ਕਿ ਇੱਕ ਫੁੱਲ ਫਲੈਜ ਇੰਟਰਵਿਊ ਦੇ ਵਿੱਚ ਔਰ 1-to-1 ਦੇ ਵਿੱਚ ਫਰਕ ਹੁੰਦਾ ਹੈ ਨਾ। ਸੋ ਜਦੋਂ 1-to-1 ਹੁੰਦਾ ਆ, ਲਾਈਕ 1-to-1 ਹੁੰਦਾ ਈਵੈਂਟ ਦੇ ਬਾਹਰ, ਹਾਂਜੀ, ਹੈ ਨਾ, ਬਾਈਟਸ ਹੁੰਦੀਆਂ ਨੇ ਜਾਂ ਈਵੈਂਟ ਨੇ ਜਿਹੜਾ ਮੀਡੀਆ ਇਨਵਾਈਟ ਕੀਤਾ ਹੁੰਦਾ, ਉੱਥੇ ਕੁਐਸਚਨ ਹੋਇਆ ਅਤੇ ਉੱਥੇ ਉਹਨਾਂ ਨੇ ਸਿੱਧਾ ਮੇਰੇ ਤੋਂ ਇਹ ਸਵਾਲ ਪੁੱਛਿਆ। ਹੁਣ ਸਮਟਾਈਮ ਇਹ ਹੁੰਦਾ ਕਿ ਮੈਂ ਵੀ ਇੱਕ ਹਿਊਮਨ ਬੀਂਗ ਆ, ਮੈਂ ਕਿਸੇ ਚੀਜ਼ ਦੇ ਉੱਤੇ ਜੇ ਤਾਂ ਮੈਂ ਮੂਵ ਔਨ ਕਰ ਗਈ ਔਰ ਮੈਂ ਕਹਿੰਦੀ ਹਾਂ ਕਿ ਹੁਸ਼ੀ ਜਾਂ ਸੋਰੀ ਕਿ ਕੌਣ ਹੈ ਜਾਂ ਸੋਰੀ ਕੌਣ ਸ਼ਹਿਨਾਜ਼, ਸੋ ਫਿਰ ਮੈਨੂੰ ਐਂ ਲੱਗਦਾ ਕਿ ਉਹ ਸਭ ਮੈਨੂੰ ਕਹਿ ਰਹੇ ਨੇ ਕਿ ਅੱਛਾ ਇਹਦੇ 'ਚ ਆਕੜ ਆ ਗਈ। ਬਟ ਦੈਟ ਇਜ਼ ਨੋਟ ਕਾਲਡ। ਬਹੁਤ ਸਾਰਾ ਬੈਕਲੈਸ਼ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ, ਤੁਹਾਨੂੰ ਝੇਲਣਾ ਤਾਂ ਪਿਆ ਹੈ ਕਿ ਹਰ ਪਾਸੇ ਝੇਲਣਾ, ਲਾਈਕ ਦੇਖੋ ਇਗਨੋਰ ਕਰਨ 'ਤੇ ਆ ਜਾਈਏ ਤਾਂ ਮੇਰੀ ਬਹੁਤ ਸਾਰੀ ਪੋਜ਼ਿਟਿਵ ਚੀਜ਼ਾਂ ਵੀ ਨੇ, ਤਾਂ ਜੇ ਮੈਂ ਇੱਕ ਗੱਲ ਮੈਂ ਆਪਣੇ ਦਿਲ 'ਚ ਰੱਖ ਕੇ ਆਪਾਂ ਉਹਨੂੰ ਦੇਖੋ ਕਿ ਸ਼ਬਦਾਂ ਦਾ ਬਹੁਤ ਫਰਕ ਹੁੰਦਾ ਆ, ਠੀਕ ਹੈ, ਕਹਿਣ ਦਾ ਵੇ ਕੀ ਜਾਂ ਪ੍ਰੈਜੈਂਟ ਕਿਵੇਂ ਕੀਤਾ ਗਿਆ ਆ। ਮੇਰਾ ਇਹ ਮਤਲਬ ਸੀ ਕਹਿਣ ਦਾ ਕਿ ਜੀ ਜਿਹੜਾ ਬੰਦਾ ਮੇਰੇ ਪੇਰੈਂਟਸ ਨੂੰ ਬੋਲ ਰਿਹਾ ਮੇਰੇ ਲਈ ਐਗਜ਼ਿਸਟ ਹੀ ਨਹੀਂ ਕਰਦਾ, ਦੈਟ ਮੀਨਸ ਗੁੱਸਾ ਵੀ ਆਪਾਂ ਨੂੰ ਉਹਦੇ 'ਤੇ ਆਉਂਦਾ ਜਿਹਦੇ ਨਾਲ ਆਪਾਂ ਕੁਛ ਠੀਕ ਕਰਨਾ ਚਾਹੁੰਦੇ ਹੁੰਦੇ ਹਾਂ। ਮੈਂ ਤੁਹਾਡੇ ਨਾਲ ਗੁੱਸਾ ਤਾਂ ਆਊਂਗੀ, ਮੈਂ ਖਿੱਚਦੀ ਫਿਰੂੰਗੀ, ਮੈਂ ਤੁਹਾਨੂੰ ਬੁਲਾਉਂਦੀ ਫਿਰੂੰਗੀ ਜਾਂ ਮੇਰੇ ਦਿਲ 'ਚ ਕੁਛ ਚੱਲ ਰਿਹਾ ਹੋਊਗਾ ਵੀ ਜਾਂ ਇਹ ਮੈਨੂੰ ਅਪਰੋਚ ਕਰੇ ਜਾਂ ਮੈਂ ਨਾਲ ਕੋਈ ਗੱਲ ਕਰਾਂ, ਹੈ ਨਾ। ਤਾਂ ਉਹ ਹੁੰਦੀ ਆ ਲੈਕ ਆਫ ਕੋਨਫੀਡੈਂਸ ਵੀ ਬੰਦਾ ਅਪਰੋਚ ਨਹੀਂ ਕਰ ਪਾ ਰਿਹਾ, ਠੀਕ ਹੈ, ਅਤੇ ਗੁੱਸਾ ਕੱਢਦਾ ਆ, ਹੈ ਨਾ, ਜਾਂ ਕਿਸੇ ਗੱਲ 'ਤੇ। ਇੱਕ ਚੀਜ਼ 9 ਮਹੀਨੇ ਹੋ ਚੁੱਕੇ ਉਸ ਚੀਜ਼ ਨੂੰ, 9ਵੀਂ 10ਵਾਂ 11ਵਾਂ ਚੜ੍ਹ ਰਿਹਾ, ਸਾਲ ਹੋ ਚੱਲਿਆ, ਇੱਕ ਚੀਜ਼ ਜਿਹੜੀ ਹੋ ਚੁੱਕੀ ਹੈ, ਠੀਕ ਹੈ,
ਮੈਨੂੰ ਪਤਾ ਹੈ ਉਹ ਚੀਜ਼ ਮੈਂ ਫੇਸ ਕੀਤੀ ਔਰ ਮੇਰੇ ਮੋਮ ਨੂੰ ਜਾਂ ਮੇਰੇ ਪੇਰੈਂਟਸ ਨੂੰ ਉਹ ਚੀਜ਼ ਹਰਟ ਕਰ ਰਹੀ ਸੀ, ਠੀਕ ਹੈ। ਮੈਂ ਸੋਚਿਆ ਜੋ ਬਿਗ ਬੋਸ ਨਾਲ ਮੇਰੀ 3 ਮੀਟਿੰਗਸ ਹੋਈਆਂ ਨੇ ਅਲੱਗ ਅਲੱਗ ਸਟੇਜਸ 'ਤੇ, ਸਟਾਰਟਿੰਗ 'ਚ ਹੋਈ ਆ, ਸੈਂਟਰ 'ਚ ਹੋਈ ਆ, ਫਿਰ ਡਿਨਾਈ ਕਰਤਾ ਸੀ ਦੁਬਾਰਾ, ਫਿਰ ਸਾਡੀ ਗੱਲ ਹੋਈ ਆ, ਹੈ ਨਾ। ਅਤੇ ਐਵਰੀ ਟਾਈਮ ਮੇਰੀ ਫੈਮਿਲੀ 'ਚ ਮੇਰੀ ਸਭ ਨਾਲ ਡਿਸਕਸ਼ਨ ਇਹ ਚੱਲ ਰਹੀ ਸੀਗੀ ਕਿ ਕਿੱਦਾਂ ਕਰੀਏ ਵੀ। ਐਟ ਦ ਐਂਡ ਆਫ ਦ ਡੇ ਸਭ ਨੇ ਇਹ ਗੱਲ ਮੈਨੂੰ ਬੋਲੀ ਕਿ ਕਿਉਂਕਿ ਲੋਕ ਕੰਪੇਅਰ ਕਰ ਰਹੇ ਨੇ, ਤਾਂ ਐਟ ਦ ਐਂਡ ਆਫ ਦ ਡੇ ਮੇਰੇ ਲਈ ਇਹ ਮੈਟਰ ਕਰਦਾ ਕਿ ਲੋਕ ਮੈਨੂੰ ਇਸ ਕਰਕੇ ਨਹੀਂ ਜਾਣਦੇ ਕਿ ਮੇਰੀ ਉਹਨਾਂ ਨਾਲ ਕੋਈ ਵਿਵਾਦ ਹੋਇਆ ਸੀ ਜਾਂ ਕੁਛ ਹੋਇਆ, ਹੈ ਨਾ। ਮੈਂ ਆਲਰੇਡੀ ਕੰਮ ਕਰ ਰਹੀ ਹਾਂ, ਠੀਕ ਹੈ, ਔਰ ਮੈਂ ਜੇ ਜਾਣਾ ਚਾਹੁੰਦੀ ਹਾਂ ਤਾਂ ਮੇਰੇ ਲਈ ਅਨਦਰ ਸਟੈਪ ਹੋਊਗਾ ਕਿ ਮੈਨੂੰ ਲੋਕ ਐਜ਼ ਅ ਹਿਮਾਂਸ਼ੀ ਖੁਰਾਨਾ ਜਾਣਦੇ, ਨਾਟ ਐਜ਼ ਅ ਸ਼ਹਿਨਾਜ਼ ਰਾਈਵਲ, ਠੀਕ ਹੈ। ਸੋ ਮੈਨੂੰ ਇਹ ਹੈ ਕਿ ਮੈਂ ਜਾਵਾਂ, ਠੀਕ ਹੈ, ਮੈਂ ਆਪਣੇ ਬਾਰੇ ਦੱਸਾਂ, ਮੈਂ ਆਪਣੇ, ਮੇਰੇ ਕੋਲ ਆਈ ਹੈਵ ਲੋਟਸ ਆਫ ਥਿੰਗਸ ਟੂ ਡੂ, ਠੀਕ ਹੈ, ਬਹੁਤ ਸਾਰੀਆਂ ਚੀਜ਼ਾਂ ਮੈਂ ਜੋ ਦੱਸਣਾ ਚਾਹੁੰਦੀ। ਤੁਹਾਨੂੰ ਵੀ ਪਤਾ ਮੈਂ ਬੜਾ ਪ੍ਰਾਈਵੇਟ ਰਹਿੰਦੀ ਹਾਂ, ਹੈ ਨਾ, ਸਨੈਪਚੈਟਸ ਨਹੀਂ ਕਦੇ ਪਾਈਆਂ। ਸੋ ਮੇਰੇ ਲਈ ਬਹੁਤ ਅੱਛੀ ਓਪਰਚੁਨਿਟੀ ਹੈ ਕਿ ਲੋਕ ਮੈਨੂੰ ਦੇਖਣ ਕਿ ਮੈਂ ਕਿਵੇਂ ਉੱਡਦੀ ਹਾਂ, ਕਿਵੇਂ ਕੀ ਖਾਂਦੀ ਹਾਂ, ਕੀ ਪੀਂਦੀ ਹਾਂ, ਕਿਵੇਂ ਗੱਲ ਕਰਦੀ ਹਾਂ, ਜਾਂ ਮੇਰਾ ਕੀ ਲੈ ਜਾਇਆ, ਜਾਂ ਮੈਨੂੰ ਗੁੱਸਾ ਹਰ ਬੰਦੇ ਨੂੰ ਆਉਂਦਾ। ਜਿਸ ਲੋਕ ਨਾ ਇਹ ਸੋਚਦੇ ਨੇ ਕਿ ਕਿਸੇ ਨੂੰ ਗੁੱਸਾ ਆ ਗਿਆ ਤਾਂ ਐਵੇਂ ਹੋ ਗਿਆ, ਵੀ ਆਰ ਹਿਊਮਨ ਬੀਇੰਗ, ਹੈ ਨਾ। ਜੇ ਆਪਾਂ ਕਾਮ, ਕ੍ਰੋਧ, ਮੋਹ, ਲੋਭ 'ਚ ਆਪਾਂ ਪੰਜਾਂ ਚੀਜ਼ਾਂ 'ਚ ਅਸੀਂ ਪੂਰੇ ਸੰਪੰਨ ਹੋ ਗਏ ਤਾਂ ਸਮਝੋ ਆਪਾਂ ਰੱਬ ਬਣ ਗਏ। ਸੋ ਕਾਮਨ ਜੀ ਗੱਲ ਹੈ ਕਿ ਮੂਡ ਜੇ ਦਿੱਤੇ ਰੱਬ ਨੇ ਤਾਂ ਉਹ ਆਉਣਗੇ ਹੀ, ਠੀਕ ਹੈ। ਤਾਂ ਫਿਰ ਮੈਨੂੰ ਜੇ ਗੁੱਸਾ ਆਉਂਦਾ ਕਿਹੜੀ ਗੱਲ 'ਤੇ ਆਉਂਦਾ, ਜਾਂ ਮੈਨੂੰ ਕਿਹੜੀ ਗੱਲ ਬੁਰੀ ਲੱਗਦੀ ਹੈ, ਸੋ ਮੈਂ ਇਹੀ ਚਾਹੁੰਦੀ ਹਾਂ ਕਿ ਲੋਕ ਮੈਨੂੰ ਸਿਰਫ ਹਿਮਾਂਸ਼ੀ ਖੁਰਾਨਾ ਦੇ ਤੌਰ 'ਤੇ ਲੈਣ ਇੰਡੀਵਿਜੁਅਲੀ। ਬਟ ਕਿਤਨਾ ਕਿਤੇ ਹਰ ਕੋਈ ਇਹ ਸਭ ਦੇ ਦਿਮਾਗ ਦੇ ਵਿੱਚ ਹੈ, ਜਦ ਖਬਰਾਂ ਵੀ ਆਈਆਂ ਸੀ ਕਿ ਹਿਮਾਂਸ਼ੀ ਘਰ ਦੇ ਵਿੱਚ ਆ ਰਹੀ ਹੈ, ਕੀ ਹੋਏਗਾ ਜਦ ਪਹਿਲੀ ਵਾਰੀ ਦੋਹੇ ਮਿਲਣਗੀਆਂ? ਤੁਹਾਨੂੰ ਲੱਗਦਾ ਹੈ ਤੁਹਾਡੇ ਦਿਮਾਗ 'ਚ ਕੁਛ ਹੈਗਾ ਆਖਿਰਕਾਰ ਕੀ ਹੋਏਗਾ ਜਦ ਉਹ ਤੁਹਾਡੇ ਸਾਹਮਣੇ ਆਏਗੀ? ਸੀ, ਮੈਂ ਉਹੀ ਕਿਹਾ, ਮੈਂ ਇਨਸਾਨ ਹਾਂ, ਮੇਰੇ ਦਿਮਾਗ 'ਚ ਬਹੁਤ ਕੁਛ ਚੱਲ ਰਿਹਾ, ਕਿਉਂਕਿ ਮੈਂ ਉਹਨਾਂ ਨੂੰ ਇੱਕੋ ਵਾਰ ਫੇਸ ਕੀਤਾ ਆ, ਜੋ ਉਹਨਾਂ ਨੇ ਚਲੋ ਕਦੇ ਨਹੀਂ ਦੱਸਿਆ, ਬਟ ਉਸ ਟਾਈਮ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਸੀਗੀ, ਮੈਂ ਕੀਤੀ, ਜੋ ਮੈਂ ਆਪਣੇ ਲਾਈਫ 'ਚ ਵੀ ਬੋਲਿਆ ਸੀਗਾ, ਕੋਈ ਪ੍ਰੋਬਲਮ ਹੋਈ ਸੀਗੀ, ਸੋ ਮੈਂ ਉਹਨਾਂ ਨੂੰ ਹੈਲਪ ਕੀਤੀ ਸੀ। ਉਸ ਵਕਤ ਆਪਾਂ ਮਿਲੇ ਸੀ, ਉਦੋਂ ਮੈਂ ਨਾ ਉਹ ਮੈਨੂੰ ਜਾਣਦੇ ਸੀ ਨਾ ਮੈਂ ਉਹਨਾਂ ਨੂੰ ਜਾਣਦੀ ਸੀ, ਉਦੋਂ ਮੈਂ ਇੱਕ ਨੋਰਮਲ ਰੈਂਡਮ ਗਰਲ ਸਮਝ ਕੇ ਹੈਲਪ ਕੀਤੀ ਸੀ, ਹੈ ਨਾ। ਉਸ ਤੋਂ ਬਾਅਦ ਜੋ ਵਾਕਿਆ ਹੋਇਆ, ਉਸ ਤੋਂ ਬਾਅਦ ਫਸਟ ਟਾਈਮ ਬਾਏ ਫੇਸ, ਸੋ ਪਹਿਲੇ ਤਾਂ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਮੈਂ ਆ ਰਹੀ ਹਾਂ, ਲੈਟਸ ਸੀ ਕੀ ਹੁੰਦਾ। ਮੈਂ ਰੱਬ 'ਤੇ ਛੱਡਤਾ, ਮੈਂ ਕੁਛ ਨਹੀਂ ਸੋਚਣਾ ਚਾਹੁੰਦੀ ਸੀਰੀਅਸਲੀ। ਅਗਰ ਸਮਾਂ ਅਗਰ ਆਪਾਂ ਹੁਣ ਦਾ ਟਾਈਮ ਦੇਖੀਏ, ਉਹਨਾਂ ਦੀ ਪਾਪੂਲੈਰਿਟੀ ਬਹੁਤ ਚੰਗੀ ਹੈ, ਠੀਕ ਹੈ। ਸ਼ਹਿਨਾਜ਼ ਨੂੰ ਜਿਹੜੇ ਨੈਸ਼ਨਲ ਲੈਵਲ ਦੇ ਲੋਕ ਪਸੰਦ ਕਰ ਰਹੇ ਨੇ, ਕਿਉਂਕਿ ਮੇਰੇ ਖਿਆਲ ਨਾਲ ਇੱਕੋ ਕੰਟੈਸਟੈਂਟ ਐਸੀ ਹੈ ਜਿਹੜੀ ਐਂਟਰਟੇਨ ਕਰਦੀ ਹੈ, ਹੈ ਨਾ। ਤਾਂ ਕਿਤਨਾ ਕਿਤੇ ਦਿਮਾਗ 'ਚ ਇਹ ਤਾਂ ਹੋਏਗਾ ਕਿ ਯਾਰ, ਮੈਂ ਜੈਨੂਨਲੀ ਉਸ ਚੀਜ਼ 'ਚ ਕੋਈ ਦੋ ਰਾਏ ਨਹੀਂ ਹੈ। ਲਾਈਕ ਮੇਰੀ ਹਮੇਸ਼ਾ ਤੋਂ ਆਦਤ ਰਹੀ ਹੈ ਕਿ ਸੀ, ਚਾਹੇ ਉਹ ਕੋਈ ਐਨਮੀ ਹੋਵੇ, ਚਾਹੇ ਉਹ ਕੋਈ ਆਪਣਾ ਹੋਵੇ, ਚਾਹੇ ਤੁਹਾਨੂੰ ਕਿਸੇ ਤੋਂ ਗੁੱਸਾ ਚੜ੍ਹਦਾ ਹੋਵੇ, ਉਹ ਤੁਹਾਡੇ ਦਿਲ 'ਚ ਹੁੰਦਾ, ਲੇਕਿਨ ਇਸ ਚੀਜ਼ ਤੋਂ ਵੀ ਕਦੇ ਮੁੱਕਰਨਾ ਨਹੀਂ ਚਾਹੀਦਾ ਵੀ ਜਿਹੜਾ ਸਾਹਮਣੇ ਵਾਲਾ ਇਨਸਾਨ ਹੈ, ਜੇ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਸੁਪੀਰੀਅਰ ਦਿਖਾਈ ਜਾਓਗੇ ਨਾ, ਤਾਂ ਉਹ ਤੁਹਾਡੀ ਗਲਤ ਫਹਿਮੀ ਹੁੰਦੀ ਹੈ, ਠੀਕ ਹੈ। ਜੇ ਤੁਸੀਂ ਸਾਹਮਣੇ ਵਾਲੇ ਦੇ ਵੀ ਪੋਜ਼ਿਟਿਵ ਪੁਆਇੰਟ ਨੋਟ ਕਰ ਰਹੇ ਹੋ, ਦੈਟ ਮੀਨਸ ਕਿ ਮਤਲਬ ਇੰਡੀਵਿਜੁਅਲੀ ਐਕਚੁਅਲੀ ਜੈਨੂਇਨਲੀ, ਮੈਂ ਤੁਹਾਨੂੰ ਬੈਕ ਕੈਮਰਾ ਵੀ ਕਿਹਾ ਕਿ ਸ਼ੀ ਇਜ਼ ਪਲੇਇੰਗ ਵੈਰੀ ਵੈਲ। ਉਹਨਾਂ ਦੀ ਸਟਰੈਟਜੀ, ਚਾਹੇ ਉਹ ਕਿਊਟ ਬਣ ਕੇ ਹੈ, ਚਾਹੇ ਉਹ ਬਹੁਤ ਇਨੋਸੈਂਟ ਬਣ ਕੇ ਹੈ, ਬਹੁਤ ਵਧੀਆ ਆ। ਮੈਂ ਤੁਹਾਨੂੰ ਉਹੀ ਗੱਲ ਕਿਹਾ, ਹੋ ਸਕਦਾ ਜਿਹੜਾ ਬੰਦਾ ਦੂਜੇ ਲਈ ਸਹੀ ਹੋਵੇ ਉਹ ਮੇਰੇ ਲਈ ਨਹੀਂ ਸਹੀ ਸੀਗਾ, ਉਹ ਮੇਰੇ ਪਰਸਨਲ ਗਰੱਜ ਜਾਂ ਮੇਰੇ ਦਿਲ 'ਚ ਕਹਿ ਲਓ, 100 ਚੀਜ਼ਾਂ ਕਹਿ ਲਓ, ਮੇਰੇ ਦਿਲ 'ਚ ਸੀਗੀਆਂ। ਕਿਉਂ? ਕਿਉਂਕਿ ਆਪਾਂ ਦੋਨੋਂ ਅਡਲਟ ਹਾਂ, ਠੀਕ ਹੈ। ਇਹ ਜਾ ਕੇ ਮੇਰੀ ਅੰਦਰ ਜਾ ਕੇ ਵੀ ਗੱਲ ਹੋਊਗੀ ਹੋਊਗੀ ਕਿ ਆਪਾਂ ਅਡਲਟ ਹਾਂ, ਆਪਾਂ ਇੱਕ ਦੂਜੇ ਦੇ ਬਾਰੇ ਕੁਛ ਬੋਲਦੇ ਹਾਂ, ਤਾਂ ਉਹ ਗੱਲ ਕਿਤੇ ਨਾ ਕਿਤੇ ਕਹਿੰਦੇ ਨੇ ਸਮੇਂ ਦੇ ਨਾਲ ਖਤਮ ਵੀ ਹੋ ਜਾਂਦੀ ਹੈ। ਬਟ ਉਹਨਾਂ ਨੇ ਨੈਕਸਟ ਸਟੈਪ ਕੀ ਕੀਤਾ, ਮੇਰੇ ਮੋਮ ਦੇ ਬਾਰੇ ਜਾਂ ਮੇਰੇ ਪੇਰੈਂਟਸ ਬਾਰੇ, ਮੇਰੇ ਮੋਮ ਦੇ ਕਰੈਕਟਰ 'ਤੇ ਗੱਲ ਕੀਤੀ, ਉੱਥੋਂ ਜਿਹੜੀ ਜ਼ਿਆਦਾ ਅੱਜ ਹੁਣ ਉਹ ਵੀ ਉਹ ਚੀਜ਼ ਫੇਸ ਕਰ ਰਹੇ ਆ ਘਰ ਦੇ ਅੰਦਰ, ਹੋਇਆ ਦੋ ਤਿੰਨ ਐਪੀਸੋਡ, ਮੈਂ ਲਾਸਟ ਦੋ ਤਿੰਨ ਐਪੀਸੋਡ ਦੇਖੇ ਉਹਨਾਂ ਨਾਲ ਹੋਇਆ। ਸੋ ਮੈਨੂੰ ਫੀਲ ਹੋਇਆ, ਨੋਟ ਐਜ਼ ਅ ਕਿ ਅੱਛਾ ਇਹਨੇ ਮੇਰੇ ਮੋਮ ਨੂੰ ਬੋਲਿਆ, ਨਹੀਂ ਉਹਨਾਂ ਨੂੰ, ਨੋ, ਜੈਨੂਨਲੀ ਉਹ ਚੀਜ਼ ਗਲਤ ਸੀ। ਬਟ ਮੈਨੂੰ ਇਹ ਫੀਲ ਹੋਇਆ ਕਿ ਜਦੋਂ ਤੁਹਾਡੇ 'ਤੇ ਗੱਲ ਆਈ ਤਾਂ ਤੁਸੀਂ ਬਰਸਟ ਕਰ ਗਏ, ਦੈਟ ਵਾਜ਼ ਯੋਰ ਸਡਨ ਰਿਐਕਸ਼ਨ, ਔਰ ਉਹ ਜੈਨੂਇਨ ਵੀ ਸੀਗਾ। ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਤੁਸੀਂ ਕਿਉਂ ਫਿਰ ਹੁਣ ਬੋਲੇ, ਨੋ, ਬੋਲਣਾ ਜ਼ਰੂਰੀ ਹੈ, ਬੋਲਣਾ ਜ਼ਰੂਰੀ ਸੀ, ਜੈਨੂਇਨ ਰਿਐਕਸ਼ਨ। ਮੈਂ ਕੁੜੀ, ਅਗਰ ਮੈਂ ਅੰਦਰ ਹੁੰਦੀ ਉਸ ਟਾਈਮ 'ਤੇ, ਚਾਹੇ ਮੈਂ ਬੁਲਾਵਾਂ ਚਾਹੇ ਨਾ ਬੁਲਾਵਾਂ, ਲੇਕਿਨ ਜਿਹੜੀ ਗੱਲ ਸਹੀ ਹੈ ਉਹ ਸਹੀ ਹੈ। ਸੋ ਐਗਜੈਕਟਲੀ ਮੈਨੂੰ ਵੀ ਉਵੇਂ ਫੀਲ ਹੋਇਆ ਸੀ ਜਦੋਂ ਮੇਰੀ ਮੋਮ ਬਾਰੇ ਬੋਲਿਆ। ਮੇਰੇ ਬਾਰੇ ਬੋਲਿਆ ਹੁੰਦਾ ਤਾਂ ਮੈਂ ਸੋਚ ਲੈਂਦੀ ਉਹਨਾਂ ਨੇ ਚਾਰ ਗੱਲਾਂ ਮੈਨੂੰ ਬੋਲੀਆਂ, ਸ਼ੁਰੂਆਤ ਉਹਨਾਂ ਨੇ ਕੀਤੀ ਸੀ, ਠੀਕ ਹੈ, ਚਾਰ ਗੱਲਾਂ ਮੈਂ ਉਹਨਾਂ ਨੂੰ ਬੋਲਤੀ ਹਾਂ। ਲੇਕਿਨ ਜਦੋਂ ਮੇਰੇ ਪੇਰੈਂਟਸ 'ਤੇ ਗੱਲ ਆਈ, ਤੁਹਾਡੇ ਮਦਰ ਤੁਹਾਨੂੰ ਰੋ ਕੇ ਮੈਸੇਜ ਕਰਦੇ ਆ, ਠੀਕ ਹੈ,
ਮੈਨੂੰ ਕੋਈ ਵੀ ਇਸ ਚੀਜ਼ 'ਤੇ ਆਨਸਰ ਕਰ ਦੇਵੇ ਕਿ ਹਾਂ ਅਗਰ ਤੁਹਾਡੀ ਮਾਂ ਤੁਹਾਨੂੰ ਰੋ ਕੇ ਮੈਸੇਜ ਕਰ ਰਹੀ ਹੈ ਵੀ ਔਰ ਉਹ ਇਸ ਪੁਆਇੰਟ ਆਫ ਮਤਲਬ ਇੱਕ ਸਿਚੁਏਸ਼ਨ ਦੇ ਵਿੱਚ ਆ ਜਾਂਦੀ ਹੈ ਕਿ ਹਾਂ ਉਹ ਕਵੇ ਮੈਨੂੰ ਸਫਾਈਆਂ ਦੇ ਰਿਹਾ ਮੇਰੇ ਮੋਮ ਹੈ ਨਾ ਵੀ ਬੇਟਾ ਵੀ ਇਹ ਇੱਦਾਂ ਗੱਲ ਕਰ ਰਹੀ ਹੈ ਜਾਂ ਮੇਰੇ ਫਾਦਰ ਨੂੰ ਕਿਹਾ ਗਿਆ ਵੀ ਉਹ ਭੱਜ ਭੱਜ ਗਏ ਤੁਹਾਨੂੰ ਛੱਡ ਕੇ ਚਲੇ ਗਏ ਹੈ ਨਾ ਸੋ ਮੈਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਲੇਕਿਨ ਉਹ ਮੈਂ ਨੈਸ਼ਨਲ ਟੈਲੀਵਿਜ਼ਨ 'ਤੇ ਕਲੀਅਰ ਕਰਨਾ ਚਾਹੂੰਗੀ ਕਿਉਂਕਿ ਹਰ ਬੰਦੇ ਦੇ ਘਰ 'ਚ ਦੇਖੋ ਹਰ ਬੰਦੇ ਦੇ ਘਰ 'ਚ ਕੋਈ ਨਾ ਕੋਈ ਕਹਾਣੀ ਹੁੰਦੀ ਆ ਹਰ ਬੰਦੇ ਦੇ ਲਾਈਫ 'ਚ ਸਟਰਗਲ ਆ ਸੋ ਅਗਰ ਮੈਂ ਉਹ ਸਟਰਗਲ ਇੰਟਰਵਿਊਜ਼ ਦੇ ਵਿੱਚ ਦੱਸੂੰਗੀ ਨਾ ਕਿ ਮੇਰੇ ਡੈਡ ਨੇ ਆਹ ਸਟਰਗਲ ਕੀਤਾ ਮੇਰੇ ਮੋਮ ਨੇ ਆਹ ਸਟਰਗਲ ਕੀਤਾ ਮੈਂ ਕੀਤਾ ਸੋ ਤੁਸੀਂ ਉਹ ਆਪਣੇ ਲਈ ਕਰ ਰਹੇ ਹੋ ਕਿਸੇ ਲਈ ਨਹੀਂ ਕਰ ਰਹੇ ਅੱਜ ਮੈਨੂੂੰ ਫੇਮ ਮਿਲਿਆ ਤਾਂ ਉਹ ਵੀ ਉਹਨੂੰ ਵੀ ਇੰਜੋਏ ਮੈਂ ਹੀ ਕਰ ਰਹੀ ਹਾਂ ਗੋਟ ਇਟ ਲਾਈਕ ਆਪਾਂ ਕਿਸੇ ਕੋਲ ਰੋ ਪਿੱਟ ਕੇ ਨਹੀਂ ਦੱਸ ਰਹੇ ਹੁੰਦੇ ਕਿ ਮੇਰੇ ਨਾਲ ਆਹ ਹੋ ਗਿਆ ਮੇਰੇ ਨਾਲ ਹੋ ਗਿਆ ਸੋ ਅਗਰ ਮੇਰੇ ਨਾਲ ਕੋਈ ਐਸੀ ਸਿਚੁਏਸ਼ਨ ਆਉਂਦੀ ਹੈ ਠੀਕ ਹੈ ਤਾਂ ਅਗਰ ਉਹ ਮੇਰੇ ਮੋਮ ਡੈਡ ਨੂੰ ਨੈਸ਼ਨਲ ਟੈਲੀਵਿਜ਼ਨ 'ਤੇ ਅਪੋਲੋਜੀ ਕਰ ਦਿੰਦੀ ਹੈ ਤਾਂ ਮੇਰੇ ਦਿਲ 'ਚ ਜਿਹੜੀ ਥੋੜ੍ਹੀ ਬਹੁਤੀ ਰਹਿ ਗਈ ਉਹ ਵੀ ਨਿਕਲ ਜਾਏਗੀ ਕਾਫੀ ਹੱਦ ਤੱਕ ਨਿਕਲ ਚੁੱਕੀ ਹੈ ਨਾ ਓਬਵੀਅਸਲੀ ਬਹੁਤ ਸਾਰੇ ਲੋਕ ਨਾ ਇਹ ਵੀ ਕਹਿ ਰਹੇ ਸੀ ਕਹਿੰਦੇ ਹਿਮਾਂਸ਼ੀ ਨੇ ਵੀ ਨਾ ਪੂਰੀ ਕੋਸ਼ਿਸ਼ ਕੀਤੀ ਸ਼ਹਿਨਾਜ਼ ਨੂੰ ਡੀਫੇਮ ਕਰਨ ਦੀ ਓਕੇ ਹੈ ਨਾ ਕੀ ਕਹਿਣਾ ਚਾਹੁੰਗੇ ਇਸ ਬਾਰੇ ਕਹਿੰਦੇ ਹਿਮਾਂਸ਼ੀ ਨੇ ਬਹੁਤ ਲਾਈਕ ਮੈਂ ਇੱਕ ਕੁਛ ਕਮੈਂਟਸ ਕੁਛ ਲਾਈਕ ਇੰਡਸਟਰੀ ਦੀ ਗੱਲਾਂ 'ਤੇ ਜਾ ਰਿਹਾ ਲੋਕ ਕਹਿੰਦੇ ਕਿ ਯਾਰ ਠੀਕ ਹੈ ਮੁੱਦਾ ਹੋ ਗਿਆ ਠੀਕ ਹੈ ਬਹੁਤ ਸਾਰਾ ਉਹਨਾਂ ਨੇ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਉਹਦਾ ਫਲ ਉਹਨੂੰ ਮਿਲ ਗਿਆ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੂੰਗੀ ਲਾਈਕ ਮੈਂ ਕਲੀਅਰ ਗੱਲ ਕਰਦੀ ਹਾਂ ਅਸੀਂ ਨਾ ਇਹ ਗੱਲਾਂ ਬਹੁਤ ਸੋਚ ਰਹੇ ਸੀ ਬਿਕਾਜ਼ ਜੀ ਓਬਵੀਅਸਲੀ ਪ੍ਰੈਪਰੇਸ਼ਨ ਹੁੰਦੀ ਆ ਹੈ ਨਾ ਸੋ ਜਦੋਂ ਮੇਰੇ ਤੁਹਾਨੂੰ ਸਾਰਾ ਚੈਪਟਰ ਪਤਾ ਲਾਈਕ ਉਹਨਾਂ ਨੇ ਮੇਰੇ ਗਾਣੇ 'ਤੇ ਕਮੈਂਟ ਕੀਤਾ ਕਮੈਂਟ ਕਰਨਾ ਇਜ਼ ਅ ਵੈਰੀ ਡਿਫਰੈਂਟ ਥਿੰਗ ਲੇਕਿਨ ਜਿਸ ਵੇ ਨਾਲ ਕੀਤਾ ਗਿਆ ਮੇਕਅਪ ਲਾਉਂਦੀ ਆ ਮੋਟੀ ਹੈ ਆਂਟੀ ਹੈ ਇਸ ਤਰ੍ਹਾਂ ਕੁਛ ਬੋਲਿਆ ਗਿਆ ਹੈ ਨਾ ਲੇਕਿਨ ਸੇਮ ਟਾਈਮ 'ਤੇ ਹੁਣ ਉਹਨਾਂ ਦਾ ਵੀ ਵੇਟ ਪੁੱਟ ਆਨ ਹੋ ਚੁੱਕਾ ਆ ਠੀਕ ਹੈ ਹੋ ਗਿਆ ਇਟਸ ਅ ਬੋਡੀ ਤੁਹਾਨੂੰ ਕੁਛ ਨਹੀਂ ਪਤਾ ਅਗਲੇ ਮੈਂ ਬਾਰ ਬਾਰ ਇਹ ਗੱਲ ਕਹੀ ਸੀ ਵੀ ਤੁਹਾਨੂੰ ਕੁਛ ਨਹੀਂ ਪਤਾ ਅਗਲੇ ਟਾਈਮ ਤੁਹਾਡੇ ਨਾਲ ਕੀ ਹੋ ਜਾਵੇ ਠੀਕ ਹੈ ਸੋ ਮੈਂ ਕਿਤੇ ਨਾ ਕਿਤੇ ਮੈਂ ਹੈਲਥ ਮੈਂ ਹੁਣ ਵੀ ਮੈਂ ਮੈਡੀਕਲ ਕਰਵਾ ਕੇ ਆਈ ਹਾਂ ਸੋ ਮੇਰੇ ਹੈਲਥ ਇਸ਼ੂਜ਼ ਜੋ ਮੇਰੇ ਸੀਗੇ ਹੈ ਨਾ ਮੈਂ ਆਪਣੀ ਬੋਡੀ ਨਾਲ ਡੀਲ ਕਰ ਰਹੀ ਹਾਂ ਡਾਕਟਰਸ ਨਾਲ ਮੇਰੀ ਪ੍ਰੋਪਰ ਪ੍ਰਿਸਕ੍ਰਿਪਸ਼ਨਸ ਚੱਲ ਰਹੇ ਨੇ ਮੈਂ ਕਾਫੀ ਲੂਜ਼ ਕੀਤਾ ਹੈ ਨਾ ਸੋ ਇਹ ਲਾਈਫ ਦਾ ਪਾਰਟ ਹੈ ਲੇਕਿਨ ਹੁਣ ਉਹ ਹੋ ਰਹੇ ਨੇ ਲੇਕਿਨ ਤੁਸੀਂ ਆਪਣੇ ਵਾਸਤੇ ਸੇਮ ਚੀਜ਼ ਬਿਗ ਬੋਸ ਦੇ ਘਰ ਦੇ ਅੰਦਰ ਪੁੱਛ ਰਹੇ ਹੋ ਕਿ ਹਾਂ ਮੈਂ ਮੋਟੀ ਲੱਗ ਰਹੀ ਹਾਂ ਤੁਸੀਂ ਇੱਕ ਉਹਨਾਂ ਦੇ ਕਿਊਟ ਕਾਰਡ ਵੀ ਹੈਗਾ ਨਾ ਜਿਹੜਾ ਖੇਡੀ ਕਿਊਟ ਵੇ ਨਾਲ ਪੁੱਛਿਆ ਕਿ ਮੈਂ ਮੋਟੀ ਲੱਗ ਰਹੀ ਹਾਂ ਐਟ ਦ ਸੇਮ ਟਾਈਮ ਤੁਸੀਂ ਆਪਣੀ ਹੀ ਇੱਕ ਫੈਲੋ ਕਹਿ ਲਓ ਕਿ ਐਕਟ੍ਰੈਸ ਕਹਿ ਲਓ ਮੈਂ ਕੁਲੀਗ ਕਹਿ ਲਵਾਂ ਹੈ ਨਾ ਤੁਸੀਂ ਉਹਨੂੰ ਸੇਮ ਗੱਲ ਕਹਿ ਰਹੇ ਹੋ ਤੂੰ ਆਂਟੀ ਲੱਗਦੀ ਤੂੰ ਮੋਟੀ ਲੱਗਦੀ ਹੈ ਤੂੰ ਇਹ ਲੱਗਦੀ ਹੈ ਮੈਨੂੰ ਉਹ ਗੱਲਾਂ 'ਤੇ ਮੈਂ ਗੱਲਾਂ 'ਚੋਂ ਗ੍ਰਜਸ ਜੇ ਮੈਂ ਕੱਢਣਾ ਵੀ ਚਾਹਵਾਂ ਨਾ ਤਾਂ ਮੇਰਾ ਮਾਇੰਡ ਫਿਰ ਘੁੰਮ ਜਾਂਦਾ ਆ ਕਿ ਮੈਂ ਕਿਉਂਕਿ ਫਰੋਮ ਲਾਸਟ 9 ਮੰਥ ਉਹਨਾਂ ਨੇ ਮੈਨੂੰ ਐਵਰੀ ਪੁਆਇੰਟ 'ਤੇ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਅਗਰ ਇੰਡਸਟਰੀ ਨੇ ਕਦੇ ਨੋਟ ਕੀਤਾ ਹੋਵੇ ਇਵਨ ਘਰ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਵੀ ਜੇ ਉਹਨਾਂ ਦੇ ਤੁਸੀਂ ਸਨੈਪਚੈਟ ਦੇਖੋ ਤਾਂ ਉਹਨਾਂ ਨੇ ਮੇਰੇ 'ਤੇ ਹੀ ਕਮੈਂਟ ਕੀਤਾ ਆ ਇਵਨ ਘਰ ਦੇ ਅੰਦਰ ਵੀ ਸਭ ਨੇ ਇਹ ਗੱਲ ਬੋਲੀ ਹੈ ਹਿਮਾਂਸ਼ੀ ਜਾਏਗੀ ਜੈਲਸੀ ਕਰ ਰਹੀ ਹੈ ਮੇਰਾ ਨਾਂ ਹੈ ਮੈਨੂੰ ਪੇ ਕਰ ਰਹੇ ਮੈਨੂੰ ਸਾਰਾ ਕੁਝ ਕਰ ਰਹੇ ਮੈਂ ਤਾਂ ਜਾ ਰਹੀ ਹਾਂ ਜੀ ਮੈਨੂੰ ਅਗਲਿਆਂ ਨੂੰ ਬੁਲਾਉਣ ਦੀ ਕੀ ਲੋੜ ਹੈ ਬਿਲਕੁਲ ਤੁਸੀਂ ਲਾਈਕ ਹੁਣ ਜਿਹੜੀ ਗੱਲ ਕਹੀ ਹੈ ਅਗਰ ਮੈਂ ਉਸਨੂੰ ਹੀ ਕੰਟੀਨਿਊ ਕਰਾਂ ਇੱਕ ਫੇਵਰੇਟਿਜ਼ਮ ਜਿਹੜਾ ਹੈਗਾ ਉਹ ਸ਼ਹਿਨਾਜ਼ ਵਾਸਤੇ ਘਰ ਦੇ ਵਿੱਚ ਆਲਰੇਡੀ ਹੈਗਾ ਜਿਸ ਨੂੰ ਤੋੜ ਪਾਉਣਾ ਮੁਸ਼ਕਿਲ ਹੈ ਜਿਸ ਨੂੰ ਡੀਲ ਕਰਨਾ ਵੀ ਬਹੁਤ ਮੁਸ਼ਕਿਲ ਹੋਣ ਵਾਲਾ ਇੱਕ ਜਿਹੜਾ ਬਾਹਰੋਂ ਕੰਟੈਸਟੈਂਟ ਜਾਏਗਾ ਕਿਉਂਕਿ ਉਹ ਆਲਰੇਡੀ ਆਪਣੀ ਗੇਮ ਅੱਧੀ ਸੁਲਝਾ ਚੁੱਕੀ ਹੈ ਤਾਂ ਇਸਦੇ ਲਈ ਹਿਮਾਂਸ਼ੀ ਕਿੰਨੀ ਕੁ ਤਿਆਰ ਹੈਗੀ ਹੈ ਸੀ ਉਹ ਮੈਂ ਉਹੀ ਤੁਹਾਨੂੰ ਕਿਹਾ ਇੰਡੀਵਿਜੁਅਲੀ ਜੇ ਦੇਖਿਆ ਜਾਵੇ ਉਹਨਾਂ ਦੇ ਮਾਇੰਡ 'ਚ ਜੋ ਵੀ ਸਟ੍ਰੈਟਜੀਜ਼ ਨੇ ਜੋ ਵੀ ਉਹ ਸੋਚ ਰਹੇ ਨੇ ਤਾਂ ਉਹ ਬਹੁਤ ਵਧੀਆ ਆ ਔਰ ਗੁੱਡ ਫੋਰ ਹਰ ਠੀਕ ਹੈ ਲੇਕਿਨ ਹੋ ਸਕਦਾ ਆ ਕਿ ਇਸ ਵਕਤ ਅਗਰ 10 ਕੰਟੈਸਟੈਂਟ ਵੀ ਅੰਦਰ ਬੈਠੇ ਨੇ ਲੇਕਿਨ ਲੋਕ ਤਾਂ ਦੇਖ ਰਹੇ ਨੇ ਨਾ ਇਕੱਲੇ ਇਕੱਲੇ ਨੂੰ ਨੋਟ ਕਰ ਰਹੇ ਫੇਵਰਿਜ਼ਮ ਇੱਕ ਟਾਈਮ 'ਤੇ ਚੱਲ ਰਿਹਾ ਆ ਲੇਕਿਨ ਉਹ ਸ਼ੋਅ ਖਤਮ ਹੋ ਜਾਏਗਾ ਆਫਟਰ ਦੈਟ ਉਹਦਾ ਕਿੰਨਾ ਬੈਨੀਫਿਟ ਹੈ ਕਿੰਨਾ ਨਹੀਂ ਹੈ ਉਹਨਾਂ ਦੀ ਪਰਸਨਲ ਲਾਈਫ ਹੈ ਠੀਕ ਹੈ ਲੇਕਿਨ ਜਦੋਂ 10 ਕੰਟੈਸਟੈਂਟ ਅੰਦਰ ਨੇ ਜਦੋਂ ਮੈਂ ਜਾ ਰਹੀ ਹਾਂ ਮੇਰੇ ਲਈ ਫੇਵਰਿਜ਼ਮ ਨਹੀਂ ਹੋ ਰਿਹਾ ਚਾਹੇ ਮੈਂ ਫੇਵਰੇਟ ਨਹੀਂ ਬਣ ਪਾਉਂਦੀ ਬਟ ਲੋਕ ਮੈਨੂੰ ਜਿਹੜੀ ਆਡੀਅੰਸ ਦੇਖ ਰਹੀ ਹੈ ਕੰਮ ਤਾਂ ਮੈਨੂੰ ਆਡੀਅੰਸ ਕਰਕੇ ਮਿਲਣਾ ਪਸੰਦ ਤਾਂ ਮੈਨੂੰ ਆਡੀਅੰਸ ਨੇ ਕਰਨਾ ਸੋ ਅਗਰ ਉਹ ਹੋ ਵੀ ਰਿਹਾ ਤਾਂ ਉਸ ਚੀਜ਼ 'ਤੇ ਇੰਨਾ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਆਪਣੇ ਆਪ 'ਤੇ ਕੋਨਫੀਡੈਂਸ ਮਾੜਾ ਮੋਟਾ ਹੈਗਾ ਕਿ ਯਾਰ ਲਾਈਕ ਡਰ ਹੈਗਾ ਕੋਈ ਮਨ ਦੇ ਵਿੱਚ ਆਲਰੇਡੀ ਕਿਉਂਕਿ ਮੈਂ ਜਿੱਦਾਂ ਹੀ ਆਇਆ ਮੈਂ ਤੁਹਾਨੂੰ ਕਿਹਾ ਸੀ ਕਿ ਕਿਤੇ ਨਾ ਕਿਤੇ ਬਹੁਤ ਵੱਡਾ ਡਿਸੀਜਨ ਹੈ ਤੁਹਾਡਾ ਇਸ ਵਕਤ ਘਰ ਦੇ ਵਿੱਚ ਜਾਣਾ ਕਿਉਂਕਿ ਜੋ ਬੰਦਾ ਕਿਉਂਕਿ ਨਾ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਮੈਨੂੰ ਹਰ ਪਾਸਿਓਂ ਜਿਵੇਂ ਇਹ ਗੱਲ ਟਾਰਗੇਟ ਕੀਤੀ ਜਾ ਰਹੀ ਉਸ ਵਕਤ ਅਗਰ ਅੱਜ ਮੇਰੇ ਨਾਲ ਉਹਨਾਂ ਦਾ ਕੰਪੈਰੀਜ਼ਨ ਕਰ ਰਹੇ ਆ ਹੈ ਨਾ ਤਾਂ ਉਸ ਵਕਤ ਮੈਂ ਵਿਕਟਮ ਸੀਗੀ ਉਹ ਨਹੀਂ ਸੀਗੇ ਠੀਕ ਹੈ
ਰਹੀ ਗੱਲ ਸੈਕਿੰਡ ਪੁਆਇੰਟ ਤੇ ਆਉਣੀ ਹੈ ਜਿਹੜਾ ਡੀ ਫੇਮ ਦੀ ਗੱਲ ਕੀਤੀ ਹੈ, ਮੈਂ ਇੱਕ ਗਾਣਾ ਬਹੁਤ ਪੋਜ਼ਿਟਿਵ ਨੋਟ ਤੇ ਖਤਮ ਕੀਤਾ ਸੀਗਾ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਗਾਣਾ ਕੱਢਿਆ ਮੇਰੇ 'ਤੇ, ਉਹ ਸਟਿਲ ਯੂਟਿਊਬ 'ਤੇ ਹੈਗਾ ਹੈ, ਮੇਕਅਪ ਲਾਉਂਦੀ, ਯੇ ਕਰਦੀ, ਵੋ ਕਰਦੀ, ਉਹ ਸਟਿਲ ਮੈਨੂੰ ਨੀਚਾ ਦਿਖਾਉਣ ਲਈ ਸੀਗਾ। ਮੈਂ ਕਦੇ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਮੈਨੂੰ ਗਾਲਾਂ ਕੱਢੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਕਦੇ ਮੈਂ ਆਪਣੇ ਵੱਲੋਂ ਕਦੇ ਵੀ ਕੋਈ ਪੁਆਇੰਟ ਨਹੀਂ ਪਾਸ ਕੀਤਾ ਜਾਂ ਕਮੈਂਟ ਨਹੀਂ ਪਾਸ ਕੀਤਾ। ਉਸ ਤੋਂ ਬਾਅਦ ਆਈ ਥਿੰਕ ਆਡੀਅੰਸ ਨੂੰ ਯਾਦ ਹੋਊਗਾ, ਜਦੋਂ ਸਾਡੀ ਫਸਟ ਬਿਗ ਬੋਸ ਨਾਲ ਮੀਟਿੰਗ ਹੋਈ ਸੀ, ਮੈਂ ਕਰਕੇ ਆ ਗਈ ਸੀ ਅਤੇ ਇਹ ਪਹੁੰਚ ਗਏ ਸੀਗੇ ਅਤੇ ਇਹਨਾਂ ਨੇ ਸਨੈਪਚੈਟ 'ਤੇ ਰੌਲਾ ਪਾਇਆ ਸੀ, ਹੁਣ ਆਊਗਾ ਮਜ਼ਾ, ਹੁਣ ਕੋਈ ਆ ਰਿਹਾ। ਤਾਂ ਮੈਨੂੰ ਉਹ ਚੀਜ਼ਾਂ ਦੇਖ ਕੇ ਐਂ ਲੱਗਦਾ ਕਿ ਅਗਰ ਇਹ ਲੜਕੀ ਵਾਕਈ ਸਹੀ ਹੈ ਤਾਂ ਵੋਟ ਇਜ਼ ਦਿਸ, ਅਗਰ ਇਹ ਸਹੀ ਹੈ ਤਾਂ ਵੋਟ ਇਜ਼ ਦਿਸ। ਸੋ ਮਤਲਬ ਮੇਰੇ ਲਈ ਪਰਸਨਲੀ ਜੱਜ ਕਰਨਾ ਔਖਾ ਹੋ ਰਿਹਾ, ਲੋਕਾਂ ਲਈ ਨਾ ਸੀ ਕਿਉਂਕਿ ਉਹ ਫਰੋਮ ਡੇ 1 ਤੋਂ ਦੇਖ ਰਹੇ ਨੇ, ਅਤੇ ਲੇਕਿਨ ਮੇਰੇ ਲਈ ਇਹ ਹੋ ਰਿਹਾ ਕਿ ਫਿਰ ਮੈਨੂੰ ਕਿਉਂ ਟਾਰਗੇਟ ਕੀਤਾ ਗਿਆ ਹਰ ਪੁਆਇੰਟ ਤੋਂ। ਫਿਰ ਘਰ ਤੋਂ ਐਂਟਰ ਹੋਣ ਤੋਂ ਪਹਿਲਾਂ ਜਦੋਂ ਸਾਰੀ ਉਹ ਸ਼ੋਪਿੰਗ ਕਰ ਰਹੇ ਸੀ, ਕਿਉਂਕਿ ਮੇਰੀ ਪੀ ਆਰ ਟੀਮ ਤੋਂ ਮੈਨੂੰ ਚੀਜ਼ਾਂ ਆ ਜਾਂਦੀਆਂ ਨੇ, ਅਤੇ ਜਦੋਂ ਸਾਰੀ ਸ਼ੋਪਿੰਗ ਕਰ ਰਹੇ ਸੀਗੇ ਅਤੇ ਉਹਦੇ ਵਿੱਚ ਮੈਂ ਜਿਹੜੀ ਮੈਂ ਬ੍ਰਾਂਡ ਐਂਡੋਰਸਮੈਂਟਸ ਕਰਦੀ ਹਾਂ ਉਹਦੇ 'ਤੇ ਕਮੈਂਟ ਪਾਸ ਕੀਤਾ ਗਿਆ ਕਿ ਲੋਕਾਂ ਵਾਂਗੂ ਅਸੀਂ ਫ੍ਰੀ 'ਚ ਚੀਜ਼ਾਂ ਨਹੀਂ ਲੈਂਦੇ ਹੈਗੇ ਜਾਂ ਟੈਗ ਪਾ ਕੇ ਸਪੋਂਸਰਸ਼ਿਪਾਂ ਨਹੀਂ ਲੈਂਦੇ ਹੈਗੇ, ਅਸੀਂ ਆਪਣੇ ਪੈਸੇ ਖਰਚ ਕਰਕੇ ਚੀਜ਼ਾਂ ਲੈ ਰਹੇ ਹਾਂ। ਸੋ ਅਗਰ ਉਸ ਚੀਜ਼ ਨੂੰ ਥੋੜ੍ਹੀ ਜਿਹੀ ਨੌਲੇਜ ਦਿੱਤੀ ਜਾਵੇ ਤਾਂ ਸਲਮਾਨ ਖਾਨ ਤੋਂ ਲੈ ਕੇ ਐਵਰੀ ਸਿੰਗਲ ਆਰਟਿਸਟ ਡੂਇੰਗ ਬ੍ਰਾਂਡ ਐਂਡੋਰਸਮੈਂਟਸ, ਠੀਕ ਹੈ, ਔਰ ਉਹ ਸਾਡੀ ਮਿਹਨਤ ਆ ਔਰ ਉਹ ਸਾਡੀ ਸ਼ਕਲ ਦੀ ਵੈਲਿਊ ਹੈ ਔਰ ਉਲਟਾ ਸਾਨੂੰ ਪੇ ਵੀ ਕਰਦੇ, ਦੈਟ ਇਜ਼ ਨੋਟ ਅ ਫ੍ਰੀ ਆਫ ਕੋਸਟ ਚੀਜ਼। ਇਹ ਸਾਰਾ ਜਿਹੜਾ ਗਰਜ ਹੈ, ਤੁਹਾਨੂੰ ਲੱਗਦਾ ਕਿ ਹਿਮਾਂਸ਼ੀ ਫੁੱਟ ਕੇ ਇੱਕ ਦਿਨ ਬਾਹਰ ਆ ਜਾਏਗਾ ਬਿਗ ਬੋਸ ਦੇ ਘਰ ਦੇ ਵਿੱਚ? ਕਿਉਂਕਿ ਤੁਹਾਡੀ ਪਰਸਨੈਲਿਟੀ ਉਨੀ ਲਾਊਡ ਨਹੀਂ ਹੈ, ਠੀਕ ਹੈ, ਜਿੰਨਾ ਕਿ ਮੈਂ ਤੁਹਾਨੂੰ ਜਾਣਦਾ। ਮੈਨੂੰ ਇਹ ਵੀ ਪਤਾ ਹੈ ਕਿ ਜਦੋਂ ਫਿਰ ਮੈਂ ਫੁੱਟਦੀ ਹਾਂ, ਬਿਕਾਜ਼ ਮੈਂ ਹਮੇਸ਼ਾ, ਮੇਰੀ ਨੇਚਰ ਆ ਕਿ ਮੈਂ ਸਾਹਮਣੇ ਵਾਲੇ ਬੰਦੇ ਨੂੰ ਇੰਨੇ ਕੁ ਪੁਆਇੰਟ ਦਿੰਦੀ ਹਾਂ ਵੀ ਮੈਂ ਦਿਲ 'ਚ ਕੱਲ੍ਹ ਨੂੰ ਮੇਰੇ ਦਿਲ 'ਚ ਮਲਾਲ ਨਾ ਰਹੇ ਵੀ ਮੈਂ ਯਾਰ ਇਹ ਬੰਦੇ ਨੂੰ ਚਾਂਸ ਦੇ ਸਕਦੀ ਸੀਗੀ। ਸੋ ਮੈਂ ਪਿਛਲੇ 9 ਮਹੀਨੇ ਤੋਂ ਜੇ ਮੈਂ ਚਾਹੁੰਦੀ ਕਿ ਮੈਂ ਉਹ ਚੀਜ਼ ਖਤਮ ਕਰਨੀ ਆ ਤਾਂ ਮੈਂ ਉਹ ਚੀਜ਼ ਖਤਮ ਕਰ ਸਕਦੀ ਸੀ, ਮੈਂ ਕਰ ਸਕਦੀ ਸੀ। ਮੈਂ ਉਹੀ ਆਪਣੇ ਸਟੇਟਸ ਦੇ ਵਿੱਚ ਵੀ ਪਾਇਆ ਸੀ, ਤੁਸੀਂ ਜੇ ਮੇਰੀ ਸਟੋਰੀ ਪੜ੍ਹੀ ਹੋਗੀ, ਵੀ ਕਹਿੰਦੇ ਆ ਸੁਲਾ ਔਰ ਮਾਫ਼ੀ ਦੀ ਗੁੰਜਾਇਸ਼ ਉੱਥੇ ਹੋਏਗੀ ਜਿੱਥੇ ਸਾਹਮਣੇ ਵਾਲਾ ਵੀ ਚਾਹੁੰਦਾ। ਹੁਣ ਮੈਂ ਡਿੱਗ ਕੇ ਤਾਂ ਮਾਫ਼ੀ ਮੰਗ ਨਹੀਂ ਸਕਦੀ ਜਾਂ ਮੈਂ ਡਿੱਗ ਕੇ ਤਾਂ ਆਪਣੇ ਵੱਲੋਂ ਪੀਸ ਵਾਲਾ ਝੰਡਾ ਦਿਖਾ ਨਹੀਂ ਸਕਦੀ। ਸੋ ਮੈਨੂੰ ਐਂ ਆ ਕਿ ਫਿਰ ਮੇਰੀ ਵੀ ਫਿਰ ਗਾਲਾਂ ਤਾਂ ਮੇਰੀ ਮੋਮ ਨੂੰ ਕੱਢੀਆਂ ਗਈਆਂ, ਮੈਂ ਕਿਉਂ ਝੁਕਾਂ? ਤੁਹਾਨੂੰ ਲੱਗਦਾ ਕਿ ਪੀਸ ਬਣ ਜਾਏਗਾ ਬਿਗ ਬੋਸ ਦੇ ਘਰ ਦੇ ਵਿੱਚ ਕਿ ਦੋ ਪੰਜਾਬਣਾਂ ਇਕੱਠੀਆਂ ਹੋ ਕੇ ਸਾਰਿਆਂ ਦੇ ਬਾਕੀ ਦੇ ਭਾਰੀ ਪੈ ਜਾਣਗੀਆਂ? ਹਿਮਾਂਸ਼ੀ ਦੀ ਕੋਈ ਹੋਰ ਸਾਈਡ ਹੈਗੀ ਹੈ ਜਿਹੜੀ ਮੇਰੇ ਦਿਲ ਚ ਨਾ ਕਿਤੇ ਨਾ ਕਿਤੇ ਇਹੀ ਮਲਾਲ ਰਹਿ ਰਿਹਾ ਸੀਗਾ ਕਿ ਕਿਤੇ ਐਵੇਂ ਨਾ ਹੋਵੇ ਕਿ ਦੇਖੋ ਕੰਪੈਰੀਜ਼ਨ ਤਾਂ ਹੁਣ ਸਾਡਾ ਚੱਲੀ ਹੋਈ ਜਾਣਾ, ਸਾਡੀ ਫਾਈਟ ਇਹੋ ਜਿਹੀ ਹੋਈ ਹੈ ਕਿ ਕੰਪੈਰੀਜ਼ਨ ਹੋਣਾ ਹੀ ਹੋਣਾ। ਮੈਂ ਚਾਹੇ ਆਪਣੀ ਗੇਮ ਵੀ ਖੇਡਣਾ, ਉਹਦੇ ਵਿੱਚ ਵੀ ਇਹੀ ਲੱਭਣਗੇ ਕਿ ਅੱਛਾ ਕਿਤੇ ਉਹਨੂੰ ਕਰਨ ਵਾਸਤੇ ਜਾਂ ਉਹ ਕੁਛ ਕਰੇਗੇ ਤਾਂ ਮੈਨੂੰ। ਸੋ ਹੁਣ ਮੈਨੂੰ ਇਹ ਰਹਿ ਗਿਆ ਕਿ ਸਭ ਨੇ ਉਹਦੀ ਸਾਈਡ ਦੇਖ ਲਈ ਅਤੇ ਅੱਜ ਉਹ ਲੋਕਾਂ ਨੂੰ ਪਸੰਦ ਆ ਰਿਹਾ ਹੈ, ਵਿਚ ਇਜ਼ ਵੈਰੀ ਗੁੱਡ, ਹੈ ਨਾ। ਲੇਕਿਨ ਜਿਹੜਾ ਮੇਰੇ ਨਾਲ ਹੋਇਆ ਸੀਗਾ ਕਿਤੇ ਨਾ ਕਿਤੇ ਉਹਦਾ ਗਲਤ ਚੀਜ਼ ਕੀ ਹੈ ਕਿ ਉਹ ਕੁਛ ਵੀ ਹੋ ਰਿਹਾ ਨਾ ਮੈਨੂੰ ਮੈਸੇਜ ਆ ਰਿਹਾ, ਮੇਰਾ ਇੰਸਟਾਗ੍ਰਾਮ ਫੁੱਲ ਹੋ ਜਾਂਦਾ, ਕੁਛ ਵੀ ਹੁੰਦਾ, ਅੱਛਾ ਇੱਦਾਂ ਹੋ ਰਿਹਾ, ਇਹ ਹੋ ਰਿਹਾ, ਮਿਕਸ ਰਿਵਿਊ ਆਉਂਦੇ ਨੇ। ਸੋ ਫਿਰ ਮੈਂ ਸੋਚਿਆ ਕਿ ਫਿਰ ਮੇਰੀ ਮੈਨੂੰ ਜ਼ਿੰਦਗੀ ਭਰ ਉਹ ਨਹੀਂ ਰਹੇਗਾ ਕਿ ਹਾਂ ਵੀ ਮੈਂ ਆਪਣੀ ਸਾਈਡ ਦਿਖਾ ਸਕਦੀ ਸੀ। ਕਿਤੇ ਕਿਤੇ ਤੁਹਾਨੂੰ ਹਜੇ ਵੀ ਲੱਗਦਾ ਕਿ ਤੁਸੀਂ ਫੇਮ ਉਹਨੂੰ ਦਿੱਤਾ ਉਹਦਾ ਮਲਾਲ ਹੈਗਾ, ਕਿਉਂਕਿ ਤੁਸੀਂ ਨਾ ਰਿਐਕਟ ਕੀਤਾ ਹੁੰਦਾ ਸ਼ਾਇਦ ਸ਼ਹਿਨਾਜ਼ ਉੱਥੇ ਨਾ ਹੁੰਦੀ? ਸੀ ਮੈਂ ਤੁਹਾਨੂੰ ਇਹ ਗੱਲ ਪਹਿਲੇ ਵੀ ਬੋਲੀ, ਆਪਾਂ ਹਿਊਮਨ ਬੀਂਗ ਆ, ਹੈ ਨਾ, ਆਪਾਂ ਇਨਸਾਨ ਹੈ। ਸੋ ਜੇ ਰਿਐਕਟ ਦੇਖੋ ਜੋ ਵੀ ਹੁੰਦਾ ਨਾ, ਮੈਂ ਮੰਨਦੀ ਹਾਂ ਪਰਪਸਲੀ ਹੁੰਦਾ, ਜੇ ਉਹ ਚੀਜ਼ ਨਾ ਹੋਈ ਹੁੰਦੀ ਤਾਂ ਅੱਜ ਤੁਸੀਂ ਇੱਥੇ ਨਾ ਹੁੰਦੇ, ਮੈਂ ਪੈਕਿੰਗ ਨਾ ਕਰ ਰਹੀ ਹੁੰਦੀ, ਮੈਂ ਬਿਗ ਬੋਸ ਨਾ ਜਾ ਰਹੀ ਹੁੰਦੀ, ਠੀਕ ਹੈ। ਸੋ ਅਗਰ ਉਹਨਾਂ ਨੇ ਮੈਨੂੰ ਬੋਲਿਆ ਤਾਂ ਉਹ ਗਏ, ਪਹਿਲੇ ਮੈਂ ਹਾਂ ਕਰ ਦਿੰਦੀ, ਮੈਂ ਚਲੀ ਜਾਂਦੀ, ਉਹ ਬਾਅਦ 'ਚ ਆ ਜਾਂਦੇ, ਆਉਣਾ ਦੋਨਾਂ ਨੇ ਹੀ ਸੀਗਾ, ਇਹ ਗੱਲ ਕਲੀਅਰ ਸੀਗੀ। ਉਹ ਤਾਂ ਚਲੋ ਮੇਰੇ ਡਿਸੀਜ਼ਨ 'ਤੇ ਸੀਗਾ ਕਿ ਚਲੋ ਠੀਕ ਹੈ ਚੀਜ਼ਾਂ ਮੈਨੇਜ ਹੋ ਗਈਆਂ, ਹੈ ਨਾ। ਲੇਕਿਨ ਫਿਰ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਮੇਰੇ ਦਿਲ 'ਚ ਨਾ ਰਹੇ, ਇਟਸ ਅ ਲਾਈਫ ਟਾਈਮ ਐਕਸਪੀਰੀਅੰਸ ਔਰ ਓਪਰਚੁਨਿਟੀ ਕਿ ਮੈਂ ਆਪਣੀ ਸਾਈਡ ਵੀ ਦਿਖਾ ਸਕਦੀ ਹਾਂ, ਠੀਕ ਹੈ, ਮੈਂ ਆਪਣੀ ਸਾਈਡ ਵੀ ਦਿਖਾ ਸਕਦੀ ਹਾਂ ਕਿ ਹੂ ਆਈ ਐਮ। ਹੋ ਸਕਦਾ ਲੋਕ ਸਾਨੂੰ ਦੋਨਾਂ ਨੂੰ ਇੰਡੀਵਿਜੁਅਲੀ ਪਸੰਦ ਕਰਨ, ਪੋਜ਼ਿਟਿਵ ਸਾਈਡ ਆਪਾਂ ਲੈ ਕੇ ਚੱਲੀਏ ਤਾਂ ਹੋ ਸਕਦਾ ਉਹਨਾਂ ਨੂੰ ਅੱਡ ਕਰਦੇ ਹੋਣ ਤਾਂ ਮੈਨੂੰ ਅੱਡ ਕਰ ਰਹੇ ਹੋਣ। ਆਲਮੋਸਟ ਜਿਹਦਾ ਆਪਾਂ ਗੱਲ ਕਰਦੇ ਹਾਂ, ਸਲਮਾਨ ਵੀ ਬਹੁਤ ਉਹਦਾ ਤਾਰੀਫ ਕਰ ਦੇਂਗੀ ਜਿਸ ਤਰ੍ਹਾਂ ਨਾਲ ਉਹ ਗੇਮ ਖੇਡ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਕਿਹੜੀ ਜਗ੍ਹਾ ਇਸ ਵਕਤ ਖਾਲੀ ਹੈ ਜਿਹੜੀ ਬਿਗ ਬੋਸ ਦੇ ਘਰ ਦੇ ਵਿੱਚ, ਜਿਹੜੀ ਹਿਮਾਂਸ਼ੀ ਭਰੇਗੀ ਜਾ ਕੇ, ਕੀ ਖਾਲੀ ਲੱਗ ਰਿਹਾ ਤੁਹਾਨੂੰ ਹਜੇ ਬਿਗ ਬੋਸ ਦੇ ਘਰ ਦੇ ਵਿੱਚ? ਜੈਨੂਨਲੀ ਦੱਸਾਂ, ਲਾਈਕ ਅਗਰ ਤੁਸੀਂ ਫੇਵਰਿਜ਼ਮ ਵਾਲੀ ਗੱਲ ਕਰਦੇ ਹੋ ਤਾਂ ਜਦੋਂ ਕੋਈ ਲੋਜੀਕਲ ਗੱਲ ਕਰਦਾ ਆ ਤਾਂ ਲੋਜੀਕਲ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ,
ਤੇ ਮੇਰੀ ਪਰਸਨੈਲਿਟੀ ਉਹੋ ਜਿਹੀ ਆ। ਸੋ ਮੇਰੇ ਦਿਮਾਗ 'ਚ ਨਾ, ਮੈਂ ਸੱਚੀ ਕਹਿ ਰਹੀ ਹਾਂ, ਮੈਂ ਤੁਹਾਨੂੰ ਮਤਲਬ ਸਪੀਚਲੈਸ ਹਾਂ, ਲਾਈਕ ਮੈਂ ਸਮਝਾ ਨਹੀਂ ਪਾ ਸਕਦੀ, ਕਿਉਂਕਿ ਅਗਰ ਮੈਂ ਜਾ ਰਹੀ ਸੀ ਉਸ ਵਕਤ, ਸਭ ਨੂੰ ਇਹ ਸੀਗਾ ਕਿ ਹਿਮਾਂਸ਼ੀ ਨੂੰ ਔਫਰ ਨਹੀਂ ਹੋਇਆ ਔਰ ਸ਼ਹਿਨਾਜ਼ ਨੂੰ ਹੋਇਆ, ਤਾਂ ਕੰਪੈਰੀਜ਼ਨ ਇਹ ਹੋ ਗਿਆ ਉਹ ਬਿਗ ਬੋਸ ਪਹੁੰਚ ਗਏ ਹੈ ਨਾ, ਅਤੇ ਵੀ ਉਹਨਾਂ ਨੂੰ ਨਹੀਂ ਹੋਇਆ। ਆਫਟਰ ਦੈਟ ਜਦੋਂ ਸਾਡੀ ਦੁਬਾਰਾ ਗੱਲ ਹੋਈ, ਨਿਊਜ਼ ਵਾਇਰਲ ਹੋਈ, ਤਾਂ ਸਭ ਨੂੰ ਪਤਾ ਲੱਗ ਗਿਆ, ਅਤੇ ਫਿਰ ਸਭ ਇਹ ਕਹਿ ਰਹੇ ਅੱਛਾ ਜੈਲਸੀ ਹੋ ਰਹੀ ਹੈ ਤਾਂ ਗੱਲ ਚੱਲ ਰਹੀ ਹੈ, ਫਿਰ ਜਦੋਂ ਮੈਂ ਮਨਾ ਕਰਤਾ ਫਿਰ ਕਹਿ ਰਹੇ ਅੱਛਾ ਇਹ ਡਰ ਗਈ ਤਾਂ ਨਹੀਂ ਜਾ ਰਹੀ। ਸੋ ਮਤਲਬ ਮੈਂ ਕਰਾਂ ਕੀ? ਦਿਸ ਇਜ਼ ਬਿਗ ਬੋਸ। ਸੋ ਐਟ ਦੀ ਐਂਡ ਆਫ ਦ ਡੇ ਮੈਂ ਇਹ ਸੋਚਿਆ ਕਿ ਹਿਮਾਂਸ਼ੀ ਯੂ ਹੈਵ ਟੂ ਗੋ ਫੋਰ ਯੋਰ ਸੈਲਫ, ਔਰ ਕੱਲ੍ਹ ਨੂੰ ਜੇ ਫਿਰ ਮੇਰੇ ਲਈ ਕੋਈ ਕੁਐਸਚਨ ਮਾਰਕ ਆਉਂਦਾ ਨਾ, ਫਿਰ ਮੈਨੂੰ ਉਸ ਚੀਜ਼ ਦਾ ਸੱਚੀ ਕਹਿੰਦੇ ਮੈਨੂੰ ਗਮ ਨਹੀਂ ਰਹੂਗਾ ਕਿ ਹਾਂ ਮੈਂ ਬਿਨਾਂ ਕੀਤੇ ਉਹ ਗੱਲਾਂ ਸੁਣ ਰਹੀ ਹਾਂ। ਸਮਝ ਰਹੇ ਹੋ ਸਕਦਾ ਉਹ ਪੋਜ਼ਿਟਿਵ ਸਾਈਡ ਦੇਖੀ ਜਾਵੇ, ਤਾਂ ਕੀ ਪਤਾ ਲੋਕ ਮੈਨੂੰ ਇੰਡੀਵਿਜੁਅਲੀ ਪਸੰਦ ਕਰਨ, ਉਹ ਤਾਂ ਮੇਰੇ 'ਤੇ ਆ, ਹੁਣ ਨੂੰ ਕੁਛ ਵੀ ਜਮੀ ਉਲਟ ਵੀ ਹੋ ਸਕਦਾ। ਸਭ ਤੋਂ ਡਰ ਕਿਸ ਕੰਟੈਸਟੈਂਟ ਲੱਗ ਰਿਹਾ ਵੈਸੇ? ਸ਼ਹਿਨਾਜ਼ ਤੋਂ ਹੀ, ਕਿਉਂਕਿ ਕਹਿੰਦੇ ਆ ਵੀ ਉਹ ਆਪਣੇ ਘਰ ਆ, ਮੈਂ ਆਪਣੇ ਘਰ ਆ, ਉਸ ਚੀਜ਼ ਨੂੰ ਇਗਨੋਰ ਕਰਨਾ ਬੜਾ ਸੌਖਾ ਆ, ਲੇਕਿਨ ਜਦੋਂ ਸਾਹਮਣੇ ਹੋਊ ਤਾਂ ਹਰ ਬੰਦੇ ਦੀ ਨੇਚਰ। ਤੁਹਾਨੂੰ ਸ਼ਹਿਨਾਜ਼ ਤੋਂ ਡਰ ਲੱਗ ਰਿਹਾ ਕਿ ਆਪਣੇ ਆਪ ਤੋਂ ਡਰ ਲੱਗ ਰਿਹਾ ਕਿ ਮੈਂ ਕਿਵੇਂ ਰਿਐਕਟ ਕਰਾਂ? ਓਬਵੀਅਸਲੀ ਅਸੀਂ ਦੋ ਬਿਲਕੁਲ ਡਿਫਰੈਂਟ ਪਰਸਨੈਲਿਟੀਜ਼ ਆ, ਹੈ ਨਾ। ਸ਼ੀ ਇਜ਼ ਵੈਰੀ ਐਕਸਪ੍ਰੈਸਿਵ, ਜੋ ਮੈਂ ਨੋਟ ਕੀਤਾ ਸ਼ੀਜ਼, ਕਿਉਂਕਿ ਮੈਂ ਇਸ ਤੋਂ ਪਹਿਲੇ ਜਾਣਦੀ ਨਹੀਂ ਸੀ। ਮੈਂ ਤਾਂ ਸਿਰਫ ਦੇਖੋ, ਮੈਨੂੰ ਇੱਕ ਬੰਦੇ ਨੇ ਗਾਲ ਕੱਢੀ ਜਾਂ ਇੱਕ ਬੰਦੇ ਨੇ ਮੇਰੇ ਪੇਰੈਂਟਸ ਬਾਰੇ ਬੋਲਿਆ, ਮੈਂ ਉੱਥੇ ਪਰਸਨਲ ਲਾਈਫ 'ਚੋਂ ਕਿਵੇਂ ਆ, ਲੋਕ ਉਹਨੂੰ ਪਸੰਦ ਕਰ ਰਿਹਾ, ਦਿਸ ਇਜ਼ ਵੋਟ ਬਿਗ ਬੋਸ ਆਲ ਅਬਾਊਟ, ਹੈ ਨਾ, ਅਤੇ ਰਿਐਲਿਟੀ ਸ਼ੋਅ ਹੈ, ਠੀਕ ਹੈ। ਸੋ ਪਰਸਨਲੀ ਉਹਨੂੰ ਕਿਵੇਂ ਲਾਈਕ ਕਰ ਰਿਹਾ, ਉਹ ਪਲੇ ਕਰ ਰਹੀ ਆ, ਉਹ ਨਾਟਕ ਕਰ ਰਹੀ ਹੈ, ਕਿਵੇਂ ਕਰ ਰਹੀ ਹੈ, ਦੈਟਸ ਹਰ ਕੌਲ, ਠੀਕ ਹੈ, ਉਹ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਲੇਕਿਨ ਮੈਂ ਬਿਲਕੁਲ ਆਪੋਜ਼ਿਟ ਪਰਸਨੈਲਿਟੀ ਹਾਂ, ਮੇਰਾ ਫਰੈਂਡ ਸਰਕਲ ਬਿਲਕੁਲ ਆਪੋਜ਼ਿਟ ਹੈ, ਸ਼ੀ ਇਜ਼ ਵੈਰੀ ਐਕਸਪ੍ਰੈਸਿਵ, ਆਈ ਐਮ ਨੋਨ ਐਕਸਪ੍ਰੈਸਿਵ ਪਰਸਨ। ਪਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਉੱਥੇ ਜਾ ਕੇ ਐਕਸਪ੍ਰੈਸਿਵ ਹੋਣਾ ਪਏਗਾ, ਕਿਉਂਕਿ ਬਿਗ ਬੋਸ ਦੇ ਵਿੱਚ ਜਿਹੜਾ ਜਿਹੜਾ ਹਜੇ ਤੱਕ ਨੋਨ ਐਕਸਪ੍ਰੈਸਿਵ ਰਿਹਾ ਉਹ ਘਰ ਤੋਂ ਬਾਹਰ ਚਲਾ ਗਿਆ। ਜੀ, ਬਟ ਫਿਰ ਹੁਣ ਜਿਹੜਾ ਨੋਨ ਐਕਸਪ੍ਰੈਸਿਵ ਹੈ, ਜਿਹੜਾ ਬੰਦਾ ਸਾਰੀ ਉਮਰ ਰਿਹਾ ਹੁੰਦਾ ਆ, ਤਾਂ ਉਹਦੇ ਵਿੱਚ ਐਂ ਤਾਂ ਹੈ ਨਹੀਂ ਗਾ ਵੀ ਉਹ ਸਿਰਫ ਦੋ ਦਿਨ ਕੈਮਰਿਆਂ ਸਾਹਮਣੇ ਜਾਂ ਦੋ ਦਿਨ ਆਪਣੇ ਆਪ ਲਈ ਬਾਅਦ 'ਚ ਆਪਣੇ ਆਪ ਨੂੰ ਜਾ ਕੇ ਕਵੇ ਕਿ ਮੈਂ ਆਹ ਕੀ ਕੀਤਾ, ਮੈਂ ਕਿਉਂ ਕੀਤਾ ਇਹ, ਹੈ ਨਾ, ਵੀ ਆਹ ਮੈਂ ਇਹੋ ਜਿਹੀ ਹਰਕਤਾਂ ਕਿਉਂ ਕੀਤੀਆਂ। ਸੋ ਉਹਨਾਂ ਲਈ ਗੁੱਡ ਹੈ, ਠੀਕ ਹੈ, ਲੇਕਿਨ ਮੈਂ ਆਪਣੇ ਆਪ ਨੂੰ ਸਿਰਫ ਫੋਕਸ ਕਰਾਉਣ ਵਾਸਤੇ ਵੀ ਹਾਂ ਮੈਂ ਆਹ ਕਰ ਰਹੀ ਹਾਂ ਜਾਂ ਮੈਂ ਉਹ ਕਰ ਰਹੀ ਹਾਂ, ਕਈ ਵਾਰ ਕੀ ਚੀਜ਼ਾਂ ਹੁੰਦੀਆਂ ਕਈਆਂ 'ਤੇ ਸੂਟ ਕਰ ਜਾਂਦੀਆਂ ਨੇ, ਮੇਰਾ ਆਪਣਾ ਹੀ ਦਿਲ ਗਵਾਹੀ ਨਹੀਂ ਭਰਦਾ ਕਿ ਮੈਂ ਮਤਲਬ ਲਾਈਕ ਮੈਂ ਉਹੋ ਜਿਹੀ ਚੀਜ਼ਾਂ ਕਰ ਪਾਊਂਗੀ। ਸੋ ਯੂ ਨੈਵਰ ਨੋ, ਹੋ ਸਕਦਾ। ਬਾਕੀ ਮੇਰੀ ਇਹ ਪ੍ਰੋਬਲਮ ਬੜੀ ਹੈ ਕਿ ਮੇਰਾ ਕੰਫਰਟ ਜ਼ੋਨ ਛੇਤੀ ਕਿਸੇ ਨਾਲ ਬਣਦਾ ਨਹੀਂ, ਸੋ ਹੋ ਸਕਦਾ ਉਸ ਚੀਜ਼ ਕਰਕੇ ਮੈਨੂੰ ਸਾਰੇ ਜੱਜ ਕਰਨ। ਤੁਹਾਨੂੰ ਕੀ ਲੱਗਦਾ ਸਭ ਤੋਂ ਜ਼ਿਆਦਾ ਕਿਹੜੇ ਕੰਟੈਸਟੈਂਟ ਨਾਲ ਬਣੇਗੀ ਤੁਹਾਡੀ ਹਜੇ ਤੱਕ ਲੱਗਦਾ, ਕਿੰਨਾ ਬਣੇਗੀ ਜਾ ਕੇ? ਮੈਂ ਸੱਚੀ ਕੁਛ ਨਹੀਂ ਪਤਾ, ਕਿਉਂਕਿ ਵੈਸੇ ਕਿੱਦਾਂ ਲੱਗਦਾ ਨਾ ਕਿ ਯਾਰ ਮੈਨੂੰ ਅਗਰ ਮੌਕਾ ਦਿੱਤਾ ਜਾਵੇ ਤਾਂ ਮੈਂ ਇਸ ਨਾਲ ਸ਼ਾਇਦ ਬਣਾ ਲਾਂਗਾ, ਰਸ਼ਮੀ ਨਾਲ। ਅੱਛਾ, ਹਾਂ ਮੈਨੂੰ ਲੱਗ ਰਿਹਾ ਯਾਰ, ਕਾਫੀ ਕਿਉਂਕਿ ਮੁੰਡਿਆਂ 'ਚੋਂ ਸਿਧਾਰਥ ਸ਼ੁਕਲਾ ਇਜ਼ ਅ ਵੈਰੀ ਨਾਈਸ ਪਰਸਨ। ਮੁੰਡਿਆਂ 'ਚ ਮਤਲਬ ਕਿ ਤੁਹਾਨੂੰ ਸਿਧਾਰਥ ਸ਼ੁਕਲਾ ਲੱਗਦਾ? ਉਹ ਤਾਂ ਉਹਨਾਂ ਦੀ ਸ਼ਹਿਨਾਜ਼ ਨਾਲ ਬਹੁਤ ਬਣਦੀ ਹੈ, ਥੋੜ੍ਹਾ ਲਾਊਡ, ਜਦੋਂ ਇੱਕ ਜਿਵੇਂ ਕਹਿੰਦੇ ਵੀ ਗੱਲ, ਕਈ ਵਾਰ ਕੀ ਹੁੰਦਾ, ਸਲਮਾਨ ਜੀ ਨੇ ਵੀ ਕਿਹਾ ਸੀਗਾ ਕਿ ਬੋਲਦੇ 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 ਗੱਲਾਂ ਸਹੀ ਕਰਦੇ ਕਰਦੇ, ਲੇਕਿਨ ਐਂਡ 'ਚੋਂ ਆਪ ਹੀ ਗਲਤ ਤਾਂ ਪੈ ਜਾਂਦੇ ਕਿਉਂਕਿ ਗੱਲਾਂ ਲਾਊਡ ਬੋਲ ਦਿੰਦੇ ਆ। ਅਤੇ ਰਸ਼ਮੀ ਨਾਲ ਮੈਨੂੰ ਥੋੜ੍ਹੀ ਪ੍ਰੋਬਲਮ ਉਹਨਾਂ ਦੀ ਤਾਂ ਲੱਗਦੀ ਹੈ ਵੀ ਉਹ ਬਹੁਤ ਕੁਆਇਟ ਆ, ਅਤੇ ਹੋ ਸਕਦਾ ਕਿ ਕਮਿਊਨੀਕੇਸ਼ਨ ਗੈਪ ਆ ਰਿਹਾ ਆ। ਕਈ ਵਾਰ ਹੁੰਦੇ ਜਿਹੜਾ ਚੁੱਪ ਰਹਿਣ ਵਾਲਾ ਬੰਦਾ ਹੁੰਦਾ, ਉੱਚੀ ਆਵਾਜ਼ ਸੁਣ ਨਹੀਂ ਪਾਉਂਦਾ, ਅਤੇ ਉੱਥੇ ਕੋਂਟੈਕਟ ਤੋੜ ਕੇ ਪਾਸੇ ਹੋ ਜਾਂਦਾ। ਸੋ ਮੈਨੂੰ ਇਹ ਲੱਗਦਾ ਵੀ ਥੋੜ੍ਹਾ ਜਿਹਾ ਉਹਦੇ ਕਰਕੇ ਲੱਗੂਗਾ, ਅਦਰਵਾਈਜ਼ ਬਹੁਤ ਜਿਵੇਂ ਵਧੀਆ। ਚੀਕਣ ਦੀ ਪ੍ਰੈਕਟਿਸ ਕਰ ਲਈ ਹਿਮਾਂਸ਼ੀ? ਸਭ ਨੂੰ ਐਂ ਕਿਉਂ ਲੱਗਦਾ ਵੀ ਉੱਥੇ ਚੀਕਦੇ ਆ ਜਾ ਕੇ? ਸਾਰੇ ਚੀਕਦੇ ਯਾਰ, ਓਬਵੀਅਸਲੀ ਦਾ ਸਡਨ ਰਿਐਕਸ਼ਨ, ਸਡਨ ਰਿਐਕਸ਼ਨ ਹੋਗਾ। ਸੋਚੀ ਹੈ, ਮੈਂ ਸੋਚ ਰਹੀ ਹਾਂ ਕਿਵੇਂ ਹਾਲਾ, ਓ ਮਾਈ ਗੋਡ ਕਿਵੇਂ। ਨਹੀਂ ਫਿਰ ਵੀ ਚੀਕਣ ਦੀ ਪੂਰੀ ਪੂਰੀ ਪ੍ਰੈਕਟਿਸ ਕਰ ਲਈ? ਬੰਦੇ ਨੇ ਜੇ ਆਪਣੀ ਗੱਲ ਸਮਝਾਣੀ ਹੋਵੇ ਨਾ, ਤਾਂ ਬਹੁਤੀ ਆਵਾਜ਼ ਉੱਚੀ ਕਰਕੇ ਵੀ ਨਹੀਂ, ਚਾਰ ਬੰਦੇ ਚੀਕ ਰਹੇ ਹੁੰਦੇ ਨਾ, ਫਿਰ ਚਾਰਾਂ ਦੇ ਵਿੱਚੋਂ ਆਵਾਜ਼ ਕਈ ਵਾਰ ਉੱਚੀ ਕਰਕੇ ਸਮਝਾਉਣਾ ਪੈਂਦਾ ਮੈਂ ਕਹਿਣਾ ਕੀ ਚਾਹ ਰਹੀ ਹਾਂ। ਮੈਂ ਸੱਚੀ ਦੱਸ ਰਹੀ ਹਾਂ, ਮੈਨੂੰ ਕੁਛ ਨਹੀਂ ਪਤਾ। ਅੱਛਾ, ਕਿਹੜੀ ਚੀਜ਼ ਹੈ ਕਿ ਜਿੱਥੇ ਤੁਹਾਨੂੰ ਡਰ ਲੱਗ ਰਿਹਾ ਕਿ ਮੈਨੂੰ ਆਹ ਨਾ ਕਰਨਾ ਪਵੇ ਬਿਗ ਬੋਸ ਦੇ ਘਰ ਦੇ ਵਿੱਚ? ਬਸ ਉਹ ਜਿਹੜਾ ਸਵੇਰੇ ਉੱਠ ਕੇ ਡਾਂਸ ਜਿਹਾ ਕਰਦੇ ਨੇ, ਮੈਂ ਨਹੀਂ ਕਰ ਸਕਦੀ। ਯੂ ਹੈਵ ਟੂ ਡੂ ਇਟ ਵਾਂਸ। ਓ ਮਾਈ ਗੋਡ, ਮੈਂ ਨਹੀਂ ਕਰ ਸਕਦੀ ਉਹ। ਮੈਂ ਨਹੀਂ ਕਹਿੰਦੀ ਕਿ ਮੈਂ ਕਰਦੀ ਨਹੀਂ, ਬਟ ਉਹ ਮੇਰੀ ਪਰਸਨਲ ਸਾਈਡ ਹੈ ਕਿ ਮੈਂ ਇਕੱਲੀ ਕਰ ਲਵਾਂ, ਲੇਕਿਨ ਮੈਨੂੰ ਥੋੜ੍ਹਾ ਐ ਫੀਲ ਹੁੰਦਾ ਕਿ ਨਹੀਂ ਯਾਰ, ਜੈਨੂਇਨਲੀ ਕੌਣ ਇੱਦਾਂ ਕਰਦਾ। ਹਾਂ, ਸੋ ਤੇ ਉੱਠਦੇ ਸਾਰ ਹਿਮਾਂਸ਼ੀ ਕੀ ਕਰਦੀ ਹੈ?
ਉੱਠਦੇ ਸਾਰ ਤਾਂ ਮੈਂ ਵੇਟ ਕਰਦੀ ਕਿ ਕੋਈ ਮੇਰੇ ਲਈ ਚਾਹ ਲੈ ਕੇ, ਔਰ ਉੱਥੇ ਲੜਾਈ ਸਭ ਤੋਂ ਵੱਧ ਚਾਹ ਪਿੱਛੇ ਹੁੰਦੀ ਹੈ। ਚਾਹ ਛੱਡੀ ਸੀ, ਹੁਣ ਚਾਹ ਦੁਬਾਰਾ ਸ਼ੁਰੂ ਕਰਤੀ ਹੈ ਨਾ ਤੁਸੀਂ? ਨਹੀਂ, ਬਹੁਤ ਘੱਟ ਕਰਤੀ ਆ, ਬਹੁਤ ਘੱਟ ਕਰਤੀ। ਤੇ ਉੱਥੇ ਕਿਹੜੀ ਚੀਜ਼ ਜਿਹਨੂੰ ਸਭ ਤੋਂ ਜ਼ਿਆਦਾ ਮਿਸ ਕਰੇਗੀ ਹਿਮਾਂਸ਼ੀ? ਮੈਂ, ਮੇਰੇ ਦੋ ਹੀ ਬੰਦੇ ਨੇ ਜਿਨ੍ਹਾਂ ਨਾਲ ਮੈਂ ਗੱਲ ਕਰਦੀ ਹਾਂ, ਇੱਕ ਤੁਹਾਨੂੰ ਪਤਾ ਹੈ, ਇੱਕ ਉਹ ਸਾਹਮਣੇ ਬੈਠੀ ਹੈ। ਸੋ ਮੈਨੂੰ ਐਂ ਲੱਗਦਾ ਰਹਿੰਦਾ ਕਿ ਪਰਸਨਲ ਲਾਈਫ ਨੂੰ ਵੀ ਕੁਰੇਦਿਆ ਜਾਏਗਾ। ਤਿਆਰ ਹੋ? ਕੌਣ ਕੁਰੇਦੇਗਾ? ਜੇ ਮੈਂ ਸਟਾਰਟ ਕਰੂੰਗੀ ਤਾਂ ਕਰੇਦੇਗਾ, ਕਿਉਂਕਿ ਮੈਂ, ਮੇਰੀ ਸੈਕਿੰਡ ਐਂਟਰੀ ਹੈ। ਅਗਰ ਮੈਂ ਸਟਾਰਟਿੰਗ 'ਚ ਹੁੰਦੀ ਤਾਂ ਜਿਹੜਾ ਬਾਅਦ 'ਚ ਆਉਂਦਾ ਉਹ ਕਰਦਾ, ਜੇ ਮੈਂ ਜਾਊਂਗੀ ਤਾਂ ਹੋ ਸਕਦਾ ਜਾਂ ਫਿਰ ਕਰੇਦਿਆ ਜਾਊਗਾ ਜਾਂ ਕੋਈ ਕੁਛ ਵੀ ਕਹਿ ਸਕਦਾ ਕਿ ਉਸ ਲਈ ਤਿਆਰ ਹੂੰ, ਕਿਉਂਕਿ ਕੰਟਰੋਵਰਸੀ ਕਿਤੇ ਨਾ ਕਿਤੇ ਜਿਹੜੀ ਹੋਈ ਹੈ ਆਪਣੇ ਆਪਣੇ ਪੰਜਾਬੀ ਦੇ ਵਿੱਚ ਨਾ, ਇੰਨੀਆਂ ਗੋਸਿਪਸ ਨਹੀਂ ਹੁੰਦੀਆਂ। ਠੀਕ ਹੈ, ਜਿਹੜੇ ਬਾਲੀਵੁੱਡ ਦੇ ਵੱਲ ਆਪਾਂ ਦੇਖਦੇ ਹਾਂ ਕਿ ਉੱਥੇ ਗੋਸਿਪਸ ਲਈ ਬਹੁਤ ਜ਼ਿਆਦਾ ਤਿਆਰ ਰਹਿੰਦੇ ਨੇ, ਤਾਂ ਉਹਨਾਂ ਨੂੰ ਪਤਾ ਚੱਲਦੀ ਰਹਿੰਦੀ ਹੈ। ਇੱਥੇ ਪਰਸਨਲ ਲਾਈਫ ਦੀ ਗੋਸਿਪਸ ਇੰਨੀਆਂ ਨਹੀਂ ਹੁੰਦੀਆਂ, ਤਾਂ ਉਹ ਖਬਰਾਂ ਇਸ ਸ਼ੋਅ ਤੋਂ ਬਹੁਤ ਜ਼ਿਆਦਾ ਬਣਦੀਆਂ ਨੇ। ਤਾਂ ਗੋਸਿਪ ਕੌਣ ਕਰੇਗਾ? ਇੰਡਸਟਰੀ ਨੋਜ਼ ਐਵਰੀਥਿੰਗ, ਇੰਡਸਟਰੀ ਨੂੰ ਸਭ ਪਤਾ। ਠੀਕ ਹੈ, ਤਾਂ ਅਗਰ ਮੇਰੀ ਪਰਸਨਲ ਲਾਈਫ ਦੀ ਗੱਲ ਆਉਂਦੀ, ਉਹਨਾਂ ਨੂੰ ਮੇਰੀ ਪਰਸਨਲ ਲਾਈਫ ਬਾਰੇ ਵੀ ਕਲੀਅਰ ਕੱਟ ਪਤਾ ਆ। ਠੀਕ ਹੈ, ਲੋਕਾਂ ਨੂੰ ਨਹੀਂ ਪਤਾ, ਆਪਾਂ ਲਾਸਟ ਇੰਟਰਵਿਊ 'ਚ ਕਿਹਾ ਸੀਗਾ, 9 ਸਾਲ ਹੋ ਗਏ। ਠੀਕ ਹੈ, ਸੋ ਅਗਰ ਜੇ ਅੰਦਰ ਲੋੜ ਪਈ, ਸਟਾਰਟ ਤਾਂ ਨਹੀਂ ਕਰੂੰਗੀ, ਲੇਕਿਨ ਜੇ ਪਈ ਤਾਂ ਓਬਵੀਅਸਲੀ, ਇੱਕ ਦੇਖੋ ਪਹਿਲੀ ਗੱਲ ਪੰਜਾਬੀ, ਇੱਕ ਉੱਤੋਂ ਪਾਰਟਨਰ, ਉੱਤੋਂ 9 ਸਾਲ ਤੋਂ ਪਾਰਟਨਰ, ਤਾਂ ਇਹ ਮੈਨੂੰ ਰਿਵੀਲ ਓਬਵੀਅਸਲੀ ਕਰਨਾ ਹੀ ਪੈਣਾ, ਕਿਉਂਕਿ ਮੈਂ ਕਿਸੇ ਨਾਲ ਟੱਚ ਹੀ ਨਹੀਂ ਹੋ ਸਕਦੀ। ਕਿਉਂਕਿ ਦੇਖੋ ਕਮਿਊਨਿਟੀ ਦਾ ਔਰ ਆਪਣੇ ਆਪਣੇ ਜਿਹੜੇ ਰੀਤੀ ਰਿਵਾਜ਼ ਹੈ ਜਾਂ ਆਪਣੇ, ਉਹ ਵੀ ਹਰ ਸਟੇਟ ਦਾ ਇੱਕ ਤਰੀਕਾ ਹੁੰਦਾ ਆਪਣੇ ਉਰੇ। ਮੈਂ ਇਹ ਨਹੀਂ ਕਹਿੰਦੀ ਹੈਗੀ ਉਹ ਚੀਜ਼ ਗਲਤ ਆ, ਲੇਕਿਨ ਉਹਨਾਂ ਦੇ ਉੱਧਰ ਜਿਵੇਂ ਗੱਲ ਕਰਦੇ ਆ, ਯਾਰ ਕਹਿ ਕੇ, ਤੂੰ ਕਹਿ ਕੇ, ਹੈ ਨਾ, ਉਹ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਮੇਰੇ ਘਰ ਉਹ ਚੀਜ਼ ਨਹੀਂ ਚੱਲਦੀ, ਤੁਸੀਂ ਕਰਕੇ ਗੱਲ ਕਰਦੇ ਹਾਂ ਅਸੀਂ, ਹੈ ਨਾ, ਜਾਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ, ਆਪਾਂ ਹਾਈ ਫਾਈ ਕਰ ਰਹੇ, ਲੇਕਿਨ ਮੈਂ ਬਿਨਾਂ ਵਜ੍ਹਾ ਤੁਹਾਨੂੰ ਮੈਂ ਐਂ ਕਰਕੇ ਕਰਾਂ ਜਾਂ ਗੱਲ ਕਰਾਂ। ਸੋ ਓਬਵੀਅਸਲੀ ਮੈਂ ਚਾਹੇ ਦਿਲ 'ਚ ਕੁਛ ਨਾ ਹੋਵੇ, ਤੁਹਾਡੇ ਵੀ ਨਾ ਹੋਵੇ, ਲੇਕਿਨ ਕੋਮਨ ਜਿਹੀ ਗੱਲ ਹੈ, ਜਿਹੜਾ ਮੇਰਾ ਪਾਰਟਨਰ ਆ, ਹੋ ਸਕਦਾ ਉਹ ਤਾਂ ਦਿਲ 'ਚ ਆਵੇ। ਠੀਕ ਹੈ, ਫਿਰ ਹੁਣ ਜੇ ਸਾਰੇ ਦੂਜੇ ਵੇ ਨਾਲ ਸੋਚਣ ਵੀ ਅੱਛਾ ਪਾਰਟਨਰ ਨੈਰੋ ਥਿੰਕਿੰਗ ਵਾਲਾ, ਨੋ, ਮੈਂ ਆਪਣੇ ਆਪ ਨੂੰ ਉੱਤੇ ਰੱਖ ਕੇ ਦੇਖਾਂ, ਜੇ ਉਹ ਕਿਸੇ ਕੁੜੀ ਨਾਲ ਗੱਲ ਕਰੂਗਾ ਮੈਂ ਬਰਦਾਸ਼ਤ ਕਰ ਲੂੰਗੀ, ਨਹੀਂ। ਸੋ ਪੋਜ਼ਿਟਿਵ ਸਾਈਡ ਮੈਂ ਆਲਵੇਸ ਦੇਖਦੀ ਹਾਂ ਯਾਰ, ਸੋ ਅਗਰ ਮੈਂ ਨਹੀਂ ਅਲਾਓ ਕਰਦੀ ਤਾਂ ਫਿਰ ਉਹ ਵੀ ਕਿਵੇਂ ਕਰੂਗਾ? ਤੇ ਹੁਣ ਜਾਣ ਤੋਂ ਪਹਿਲਾਂ, ਬਿਫੋਰ ਵੀ ਐਂਡ ਦਿਸ, ਬਿਕੋਜ਼ ਮੈਂ ਚਾਹੂੰਗਾ ਕਿ ਤੁਸੀਂ ਬਿਗ ਬੋਸ ਜਿੱਤ ਕੇ ਆਓ ਅਤੇ ਆਪਾਂ ਬਹੁਤ ਜ਼ਿਆਦਾ ਅੱਛੀ ਗੱਲ ਕਰਾਂ, ਅੱਛੀਆਂ ਅੱਛੀਆਂ ਗੱਲਾਂ ਕਰੀਏ, ਬਟ ਇਹ ਵੀ ਚਾਹੂੰਗਾ ਕਿ ਤੁਸੀਂ ਜਿੱਤੋ ਚਾਹੇ ਨਾ ਜਿੱਤੋ, ਪਰ ਤੁਹਾਡੀ ਜਰਨੀ ਬਹੁਤ ਖੂਬਸੂਰਤ ਹੋਵੇ। ਜਾਣ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਹਿਮਾਂਸ਼ੀ ਕੀ ਹੈਗਾ ਦਿਮਾਗ ਦੇ ਵਿੱਚ, ਕੀ ਹੋਏਗਾ? ਮੈਂ ਸੱਚੀ ਕਹਿੰਦੀ ਹਜੇ ਵੀ ਨਾ ਮੈਨੂੰ ਹੋਏਗਾ ਕਿ ਕੀ ਚੱਲ ਰਿਹਾ ਦਿਮਾਗ ਦੇ ਵਿੱਚ। ਜਿੱਤਣਾ ਮੇਰੇ ਲਈ ਓਨਾ ਇੰਪੋਰਟੈਂਟ ਨਹੀਂ, ਪੰਜਾਬ ਦੇ ਲੋਕਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਸੀ, ਇਹ ਜੱਗ ਜ਼ਾਹਿਰ ਹੈ, ਹੈ ਨਾ, ਇੰਨਾ ਸਪੋਰਟ ਕੀਤਾ ਮੇਰੇ ਕੋਲ, ਆਲਰੇਡੀ ਉਹ ਸਪੋਰਟ ਹੈਗਾ। ਸ਼ਹਿਨਾਜ਼ ਨੂੰ ਮੈਂ ਬਹੁਤ ਤਾਰੀਫ ਕਰਦੀ ਹਾਂ ਉਸ ਚੀਜ਼ ਦੀ, ਕਿ ਉਹ ਚੀਜ਼ ਉਹਦੇ ਉਲਟ ਗਈ ਸੀਗੀ, ਬਿਕੋਜ਼ ਉੱਥੇ ਉਹਨਾਂ ਦੀ ਮਿਸਟੇਕ ਸੀ, ਉਹ ਚੀਜ਼ਾਂ ਲੈ ਕੇ ਜੇ ਉਹ ਚੀਜ਼ਾਂ ਫੇਸ ਕਰ ਰਹੀ, ਮੇਰੇ ਕੋਲ ਤਾਂ ਆਲਰੇਡੀ ਇੰਨਾ ਪਿਆਰ ਹੈ, ਇੰਨਾ ਸਪੋਰਟ ਹੈ ਇੰਡਸਟਰੀ 'ਚ, ਇੰਨਾ, ਹੈ ਨਾ, ਚਲੋ ਜਿੰਨਾ ਵੀ ਨਾਮ ਬਣਿਆ ਹੈਗਾ, ਇੱਕ ਮੁਕਾਮ ਹੈ, ਹੈ ਨਾ, ਮੈਨੂੰ ਸਪੋਰਟ ਕੀਤਾ ਪੋਜ਼ਿਟਿਵਲੀ, ਮੈਂ ਤਾਂ ਉਸੇ ਚੀਜ਼ ਨੂੰ ਇੱਕ ਸਟੈਪ ਉੱਪਰ ਲੈ ਕੇ ਜਾਣਾ ਆ। ਔਰ ਮੈਂ ਪੰਜਾਬ ਨੂੰ ਰਿਪ੍ਰੈਜੈਂਟ ਕਰਨ ਜਾ ਰਹੀ ਹਾਂ, ਠੀਕ ਹੈ, ਇੱਕ ਅੱਛੇ ਵੇ ਨਾਲ, ਔਰ ਆਪਣੇ ਆਪ ਨੂੰ ਰਿਪ੍ਰੈਜੈਂਟ ਕਰਨ ਜਾ ਰਹੀ ਹਾਂ, ਔਰ ਮੈਂ ਦਿਲ ਜਿੱਤ ਲੂੰਗੀ, ਮੇਰੇ ਲਈ ਉਹੀ ਬਹੁਤ ਹੈ, ਹਫ਼ਤਾ ਵੀ ਹੋਇਆ ਤਾਂ ਇਨਫ ਹੈ ਮੇਰੇ ਲਈ। ਉਹ ਪੰਜਾਬ ਦੀ ਕੈਟਰੀਨਾ ਕੈਫ ਦੇ ਤੁਸੀਂ ਕੀ ਬਣ ਕੇ ਜਾ ਰਹੇ ਹੋ? ਓ ਮਾਈ ਗੋਡ, ਸੀ ਮੈਨੂੰ ਕਮੈਂਟ ਆਉਂਦੇ ਪੰਜਾਬ ਦੀ ਤਾਂ ਨਹੀਂ ਕਦੇ ਲਿਖਿਆ ਗਿਆ, ਬਟ ਕਹਿੰਦੇ ਆ ਮੇਰੀ ਆਈਜ਼ ਦੀ ਐਸ਼ਵਰਿਆ ਰਾਏ ਨਾਲ। ਲੋ ਜੀ, ਕੈਟਰੀਨਾ ਕੈਫ ਪਹਿਲਾਂ ਘਰ ਸੀ, ਐਸ਼ਵਰਿਆ ਰਾਏ ਆ ਰਹੀ ਹੈ। ਮੈਂ ਆਪਣੇ ਆਪ ਨੂੰ ਨਹੀਂ ਕਹਿੰਦੀ, ਜੈਨੂਇਨ ਵੇ ਨਾਲ, ਜੇ ਮੈਨੂੰ ਅੰਦਰ ਵੀ ਕਿਸੇ ਨੇ ਕਿਹਾ ਇਹ ਗੱਲ ਫੈਕਟ ਹੈ, ਐਸ਼ਵਰਿਆ ਰਾਏ ਇੱਕੋ ਹੀ ਸੀ, ਰੱਬ ਨੇ ਬਣਾ ਕੇ ਉਹ ਸਾਂਚਾ ਤੋੜਤਾ, ਉਹ ਦੂਜਾ ਨਹੀਂ ਬਣ ਸਕਦਾ। ਠੀਕ ਹੈ, ਮੈਂ ਪੈਰ ਦੀ ਜੁੱਤੀ ਵਰਗੀ ਵੀ ਨਹੀਂ ਬਣ ਸਕਦੀ, ਸੋ ਉਹ ਠੀਕ ਹੈ, ਲੇਕਿਨ ਜੇ ਮੈਨੂੰ ਜੋੜਦੇ ਆ, ਹੈ ਨਾ, ਤਾਂ ਮੇਰੇ ਲਈ ਚੰਗੀ ਗੱਲ ਹੈ ਕਿ ਹਾਂ ਮੈਨੂੰ ਥੋੜ੍ਹਾ ਹਿਮਾਂਸ਼ੀ ਖੁਰਾਨਾ, ਹਿਮਾਂਸ਼ੀ ਖੁਰਾਨਾ ਬਣ ਕੇ ਜਾਏਗੀ। ਹੁਣ ਜੇ ਮੈਂ ਕਹੂੰਗੀ, ਉਹਨਾਂ ਨੇ ਕਹਿਣਾ ਇਹ ਵੱਡੀ ਐਸ਼ਵਰਿਆ ਨਾਲ ਉਹ ਕਰਦੀ, ਤੇ ਆਪਣੇ ਆਪ ਨੂੰ ਕਹਿਤਾ ਕਿ ਹਾਂ ਹਿਮਾਂਸ਼ੀ। ਇਹਨੇ ਕਿੰਨਾ ਜ਼ਿਆਦਾ ਉਹ ਹੋ ਗਿਆ ਹੈ, ਕੁਝ ਵੀ ਕਹੋਗੇ, ਹੈ ਨਾ, ਕੁਝ ਵੀ ਕਹਾਂਗੇ ਤਾਂ ਕੁਝ ਨਾ ਕੁਝ ਨਿਕਲ ਕੇ ਜ਼ਰੂਰ ਆਊਗਾ। ਮੈਂ ਸਗੋਂ ਜ਼ਿਆਦਾ ਹੋ ਰਹੀ ਹਾਂ ਇਸ ਟਾਈਮ, ਜਦਕਿ ਉਸ ਵਕਤ ਵੀ ਮੈਂ ਹੀ ਸਫ਼ਰ ਕੀਤਾ ਸੀ। ਮੇਰੇ ਮੋਮ ਨੇ ਮੇਰੇ ਘਰੇ 4 ਦਿਨ ਰੋਟੀ ਨਹੀਂ ਸੀ ਬਣੀ, ਹੈ ਨਾ, ਸਵੇਰੇ ਕੁਛ ਖਾਣਾ ਨਹੀਂ, ਯੇ ਨਹੀਂ, ਵੋ ਨਹੀਂ, ਸਭ ਕੁਛ, ਮਤਲਬ ਇੱਦਾਂ ਹੋ ਰਿਹਾ। ਬਟ ਇਨ ਜੈਨੂਇਨ ਵੇ 'ਚ ਇੱਕ ਗੱਲ ਕਹਿਣਾ ਚਾਹੂੰਗੀ, ਸਭ ਕੁਛ ਜਿਹੜਾ ਵੀ ਸੀਗਾ ਉਸ ਟਾਈਮ, ਹੈ ਨਾ, ਜਿੰਨਾ ਕੁ ਮੈਂ ਸ਼ਹਿਨਾਜ਼ ਨੂੰ ਦੇਖ ਰਹੀ ਹਾਂ, ਹੈ ਨਾ, ਸ਼ੀ ਇਜ਼ ਵੈਰੀ ਐਕਸਪ੍ਰੈਸਿਵ, ਲਾਊਡ, ਬੋਲ ਕੇ ਫਿਰ ਹੋ ਸਕਦਾ ਉਹਨੂੰ ਰਿਅਲਾਈਜ਼ ਹੁੰਦਾ ਹੋਵੇ, ਹੈ ਨਾ,
लेकिन मीडियोकर्स ने काम बहुत खराब किया, नॉट फ्रॉम माय साइड, फ्रॉम हर साइड, क्योंकि मैं किसी की गल सुन रही, मिडिल पर्सन है, मिडिल पर्सन, मैं मीडियोकर की गल कदे नहीं सुनती, जिहड़ी गल आउंदी मेरे तक आउंदी, मेरा फैसला होंदा, मेरी स्टेटमेंट होंदी आ, बट ओहदे वल्लों बहुत ओह होया, मे बी शायद ओहदी करियर च स्टार्टिंग सीगी, है ना, करियर की स्टार्टिंग सीगी, और नहीं कुछ चीज़ा मैं काम कर करके बहुत चीज़ा सीख गई, है ना, लेकिन वह सीखना बाकी सी, सो हो सकता उन्हें उस तरीके नाल वह चीज़ा कीतियां, उस तो बाद 8-9 महीने की होया किवें उन्हें वह चीज़ मैं बैकएंड ते चीज़ा नहीं पता, लेकिन फिर भी जिहड़ा 2% रह जाता है ना, एक मेरे मॉम वाला भी मेरे पेरेंट्स नूं बोलिया, मेरे डैड नूं बोलिया, 1% रह जाता भी जिहड़े वह बार 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 टॉन्ट होंदे रहे, जे वह ये गल कहिंदे ने, ठीक है, कि मैं किसी की चुक चा के गल की सी, उन्होंने एक कैनेडा इंटरव्यू से डिस्कलोज किया, है ना, कि मैं किसी की गल्लां चा गई सी, उन्होंने अपोलॉजी भी किया सी उत्थे, है ना, तो जिहड़ा उस तो बाद स्नैपचैटा से सब हो रहा, फिर वो किसी चुक चा के किया, अगर वो चीज़ तुसी सुधारना चाहते सी, है ना, फिर दूसरा एक मैंने होर गुस्सा सीगा कि उन्होंने उत्थे ये गल कही इंटरव्यू के जिहड़े एंकर से, उन्होंने ये गल पूछी कि हिमांशी नूं इन्ना सपोर्ट मिलिया सी जदों वो गल होई, तो थानू की लगता उस चीज़ तो थानू कितना फायदा है, शी सेड मैं कैनेडा इसी गल करके बैठी हाँ भी मेरी कॉन्ट्रोवर्सी हुई एंड मैं अपना काम करके घर वापस आ जानी हाँ, ठीक है, तो तुसी सोच लो उन्हें सपोर्ट क्यों मिलिया होगा, सीधा सीधा वट डू यू मीन बाय दिस, तुसी समझ रहे हो, है ना, क्लीयरली तुसी मेरे करैक्टर ते करैक्टर ते गल कर रहे हो, है ना, नैशनल या कह लो या ऑल ओवर वर्ल्ड एक प्लेटफॉर्म ते, तो अज जो ये चीज़ अंदर थोड़े नाल हो रही है जो कि गलत हो रही है, बींग अ गर्ल, ठीक है, गलत हो रही है, तो मतलब फिर तुसी जो उस वक्त तो गालां कढ़नी या रिएक्ट करना, फिर तो लोगों को जजमेंटल होना चाहिए है, फिर जे मैं उस वक्त बोली फिर मेरे ते क्यों क्वेश्चन मार्क आ रहा, वे हिमांशी ने उन्हें फेम दिता या हिमांशी ने उन्हें डीफेम किया, वाई कंपेयर करो ना दोनों चीज़ों को, एग्जैक्टली बहुत सारे सवाल ने जिन्हों के जवाब मैं लगता है कि बिग बॉस के घर के मिलेंगे, साड़ी जी बहुत सारी गल्लां सी असी पहला भी क्लीयर मेरे ख्याल नाल हुई दर्शकों को, हिमांशी ने जैसा गल की, अज मेरे को मैं कह सकता कि जब मैं हिमांशी को लाया मैं क्या अज मैं सुनना चाहता कि तुहाडे दिमाग दे विच की है कि तुसी डिसीजन लिया, तो काफ़ी गल्लां तुसी सामने रखियां ने, तो असीं उम्मीद करते हैं कि तुहाडी जर्नी बहुत खूबसूरत रहे बिग बॉस दे विच, क्योंकि होना हो पंजाब दी दोहां कुड़ियां वास्ते, है ना, ये बहुत वड्डा प्लेटफॉर्म हैगा, तो हर पासे कहते पंजाब दी गल हो रही है, वह चंगी गल है, तो जाण तो पहलां जिहड़े फैनस देखणगे तुहानूं बिग बॉस दे विच ते तुहाडी जर्नी या तुहाडे रिएक्शन देखणगे, उन्हां नूं की कहना चाहोगे? मैं यही कहना चाहूँगी ऑलवेज सपोर्ट किया है ना, और मैं कितना कितने 50% जो हिमांशी खुराना जा रही 50% एक पंजाब की कुड़ी जा रही है ना, सो मेरे लिए यह है कि पंजाब की एक बबली नेचर या लोगों ने देख लिया कि एक साइड देख लिया, सो मैं चाहनी हाँ कि पंजाब की जिहड़ी एक्चुअल कम्यूनिटी आ, है ना, उन्होंने भी रिप्रजेंट करना जरूरी आ, है ना, पंजाब दियाँ चंगीआं गल्लां, बिकॉज क्योंकि ना 2-3 वारी अंदर ये गल हुई है कि आपके वहाँ चलता होगा, आपके पंजाब में चलता होगा, सो मैं वो चीज़ नोट की कि वो चीज़ गलत आ, जबकि वो भी आउटसाइडर ने और उन्होंने साडे पंजाब च चंगे गाने किए, माहिरा दी गल कर रही हां मैं, है ना, चंगे गाने किए, इत्थों ही फेम पा के इत्थों ही वो वापस बॉम्बे जा रहे ने, सो दैट इज़ वेरी रोंग, है ना, तो पंजाब की जे गल हो रही है अगर तुसी वधिया गाने करके गए हो तो पंजाब में चलता होगा, वो एक गलत चीज़ लगी मैं भी, पंजाब नू चंगी चीज़ वास्ते नहीं, जबकि गाने भी साडे यूज हो रहे हैं इस टाइम सब तो ज़्यादा, ठीक है, और अपने एक्टर्स एमी विर्क है, हार्डी संधु है ना, सारे आ रहे हैं, सो जस्सी गिल दिलजीत आ, सो सारे जे पंजाब दे इन्ने राइज कर रहे हैं सारे एक्टर, है ना, और सब तो हैपनिंग और सब तो फन लविंग पंजाबी होंगे ने, सो उन्होंने मतलब एक साइड जी ऐसी जा रही है कि चाहे जिमें मर्जी सही बट वो गलत जा रही है, सही एग्जैक्टली ये गल हैगी है कि जी इमेज हैगी है उन्होंने सही करन दी भी लोड़ हैगी है, तो उम्मीद करते हैं कि थोड़ी दोहां दी जर्नी आपस दे विच, और मैं एज ए व्यूअर कहूँगा कि देखना चाहूँगा कि जब थोड़ी एंट्री होंगी है तो की होएगा, तो ऑब्वियसली और मेरी हार्ट बीट कितने होगी फिर पता नहीं मेरे को, लाइक उस नाल जुड़े हुए सवाल भी नहीं है कि मैं की पूछा, बट बिग बॉस दे विच तुहानूं वेखना सारे पंजाबी फैनस लई बहुत चंगी गल होएगी, तो असीं उम्मीद करते हैं कि दर्शक बहुत सारा प्यार तुहाडे उत्ते बरसाउण, तो ये स्माइल जी है बिग बॉस के घर के चमका के रखे हो, तो मेक पंजाब प्राउड, मेरे नाल एक्चुअली जेन्युइनली यह जी हालत हुई पई है, मतलब मैनू कल दे कॉल्स एंड मेरे फेस से जो आके कर रहे हैं ना,
ਜਿਵੇਂ ਇੱਕ ਬੱਕਰਾ ਨਹੀਂ ਤਿਆਰ ਕੀਤਾ ਜਾਂਦਾ ਹੁੰਦਾ ਗੱਲ 'ਚ ਹਾਰ ਪਾਗਲ ਹੈ ਕਿ ਮੇਰੇ ਨਾਲ ਉਹ ਵਾਲੀ ਹਾਲਤ ਹੋਈ ਪਈ ਹੈ ਵੀ ਇਹ ਜਾ ਰਿਹਾ ਕੀ ਹੋਣ ਵਾਲਾ ਹੈ ਕੀ ਹੋਣਾ ਹੈ ਇਹ ਬੱਕਰਾ ਹਲਾਲ ਹੁੰਦਾ ਉੱਥੇ ਜਾ ਕੇ ਕਿ ਸਹੀ ਸਲਾਮਤ ਵਾਪਸ ਆਉਂਦਾ ਕਿਉਂਕਿ ਬਿਗ ਬੌਸ ਦੇ ਘਰ ਦੇ ਵਿੱਚ ਕੁਛ ਵੀ ਹੋ ਸਕਦਾ ਹੈ ਬਾਕੀ ਇਹ ਚੀਜ਼ ਹੈ ਇਟਸ ਅ ਗੇਮ ਹੈ ਨਾ ਗੇਮ ਦੇ ਵਿੱਚ ਇਹ ਗੱਲ ਬਹੁਤ ਦਿਮਾਗ ਨਾਲ ਪਹਿਲੇ ਜਿਹੜੀ ਫਰਸਟ ਰੱਖਣੀ ਚਾਹੀਦੀ ਹੈ ਕਿ ਇਹ ਇੱਕ ਟ੍ਰਿਕੀ ਗੇਮ ਹੈ ਅਗਰ ਕੋਈ ਬੰਦਾ ਉੱਥੇ ਲੜ ਰਿਹਾ ਹੈ ਤਾਂ ਉਹਨੂੰ ਉਸ ਚੀਜ਼ ਤੇ ਜੱਜ ਨਾ ਕਰੋ ਅਗਰ ਕੋਈ ਬੰਦਾ ਇਨੋਸੈਂਟ ਬਣ ਰਿਹਾ ਤਾਂ ਉੱਥੇ ਜੱਜ ਨਾ ਕਰੋ ਸੋ ਉਹਨੂੰ ਗੇਮ ਦੇ ਤਰੀਕੇ ਨਾਲ ਵੈਲ ਹੁਣ ਹਿਮਾਂਸ਼ੀ ਕਿੰਨੀ ਕੁ ਜੱਜ ਹੁੰਦੀ ਹੈ ਉਸ ਜਾ ਕੇ ਤੇ ਉਹ ਬੜਾ ਇੰਟਰਸਟਿੰਗ ਹੋਏਗਾ ਮੈਨੂੰ ਲੱਗਦਾ ਦੇਖਣਾ ਹੈ ਨਾ ਕਿਉਂਕਿ ਜਿਹੜੇ ਲੋਕਾਂ ਨੂੰ ਅਸੀਂ ਮਿਲਦੇ ਵਿੱਚ ਹੋਰ ਪਤਾ ਨਹੀਂ ਕੀ ਹੋਣਾ ਬਟ ਮੇਰੇ ਲਈ ਇੱਕ ਲਾਈਫ ਟਾਈਮ ਐਕਸਪੀਰੀਅੰਸ ਹੋਊਗਾ ਜੋ ਕਿ ਮੈਂ ਐਕਸਪੀਰੀਅੰਸ ਕਰਨਾ ਚਾਹੁੰਦੀ ਹਾਂ ਮੈਂ ਬਹੁਤ ਤੁਹਾਨੂੰ ਪਤਾ ਹੈ ਕਿ ਮੈਂ ਵਰਲਡ ਟਰੈਵਲ ਕਰਨਾ ਮੈਨੂੰ ਪਸੰਦ ਹੈ ਨਵੀਂ ਨਵੀਂ ਚੀਜ਼ਾਂ ਕਰਨੀਆਂ ਸੋ ਅਗਰ ਇਹ ਚੀਜ਼ ਆਈ ਆ ਹਨਾ ਅੰਦਰ ਇੰਨਾ ਚਿਰ ਰਹਿਣਾ ਫੋਨ ਨਹੀਂ ਹੋਣੇ ਫਿਰ ਸਾਰਾ ਦਿਨ ਕੀ ਗੱਲਾਂ ਕਰਨੀਆਂ ਓਬਵੀਅਸਲੀ ਤੁਸੀਂ ਅੱਜ ਫੋਨ ਛੱਡ ਕੇ ਦੇਖੋ ਮੱਲੋ ਮੱਲੀ ਗੱਲਾਂ ਨਿਕਲਦੀਆਂ ਨੇ ਹਨਾ ਮੱਲੋ ਮੱਲੀ ਗੌਸਿਪ ਹੁੰਦੀ ਆ ਕਿਹਦੀਆਂ ਚੁਗਲੀਆਂ ਹਿਮਾਂਸ਼ੀ ਖੁਰਾਨਾ ਕਰੇਗੀ ਹਿਮਾਂਸ਼ੀ ਕਿਹਦਾ ਖੁਲਾਸਾ ਕਰੇਗੀ ਸਾਰੇ ਤੁਸੀਂ ਹੁਣ ਸੋਚ ਲਓ ਹਿਮਾਂਸ਼ੀ ਵੈਸੇ ਕਿਹਦਾ ਖੁਲਾਸਾ ਕਰਨਾ ਚਾਹੇਗੀ ਕਹਿੰਦੇ ਹੁੰਦੇ ਜਿਹੜਾ ਦੂਜੇ ਲਈ ਟੋਆ ਪੱਟਣ ਜਾਂਦਾ ਹੈ ਨਾ ਪਹਿਲੇ ਉਹਦਾ ਹੀ ਖੁਲਾਸਾ ਹੋ ਜਾਂਦਾ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲਾਈਟਰ ਚੀਜ਼ ਹੈਗੀ ਹੈ ਇਹੀ ਨੋਟ ਰਵੇ ਅਤੇ ਉੱਥੇ ਟਾਸਕ ਦੇ ਵਿੱਚ ਵਧੀਆ ਪਰਫੋਰਮ ਕਰਿਓ ਤੁਸੀਂ ਹੈ ਕਹਿੰਦੇ ਰਾਣੀ ਵੀ ਬਣਦੇ ਆ ਨਾ ਘਰ ਦੀ ਰਾਣੀ ਦਾ ਵੀ ਹਾਲੇ ਤੱਕ ਤਾਂ ਬਣਨ ਨਹੀਂ ਦਿੱਤੀ ਹੈ ਨਾ ਹਾਲੇ ਤੱਕ ਬਣਨ ਨਹੀਂ ਦਿੱਤੀ ਸੋ ਇਹ ਹੈ ਕਿ ਜਿਹੜਾ ਉੱਪਰ ਕਿੰਨਾ ਕੁਝ ਪਾਉਂਦੇ ਨੇ ਹੈ ਨਾ ਉਹ ਚੀਜ਼ ਚਲੋ ਵਧੀਆ ਉਹ ਤੁਹਾਨੂੰ ਸਾਰਾ ਕੁਝ ਉੱਥੇ ਮਿਲੇ ਹੈ ਨਾ ਪੂਰਾ ਸਤਿਕਾਰ ਜਿਹੜਾ ਬਿਗ ਬੌਸ ਦੇ ਘਰ ਦੇ ਵਿੱਚ ਸਾਰਿਆਂ ਨੂੰ ਮਿਲਦਾ ਤੁਹਾਨੂੰ ਵੀ ਮਿਲੇ ਅਤੇ ਮੈਂ ਇਹ ਕਹੂੰਗਾ ਕਿ ਆਪਣੀ ਜਰਨੀ ਨੂੰ ਇੰਜੋਏ ਕਰਿਓ ਅਤੇ ਜਿਸ ਤਰ੍ਹਾਂ ਬਾਕੀ ਇਟਸ ਅ ਰੋਲਰ ਕੋਸਟਰ ਰਾਈਡ ਤੇ ਹੁਣ ਬਹਿ ਗਈਆਂ ਹੁਣ ਦੇਖਦੇ ਹਾਂ ਮੈਂ ਅੱਜ ਗਿਆਨ ਦੇ ਰਿਹਾ ਸੋਚੋ ਵੈਰੀ ਨਾਈਸ ਹਾਂ ਐਕਚੁਅਲੀ ਇਹ ਡਿਸਕਸ਼ਨ ਦਾ ਇੱਕ ਮੁੱਦਾ ਹੈਗਾ ਆ ਬਿਲਕੁਲ ਇਹ ਫਿਲਹਾਲ ਹੁਣ ਮੈਂ ਤਾਂ ਇਹ ਕਹੂੰਗਾ ਕਿ ਹੁਣ ਅਗਲੀ ਮੁਲਾਕਾਤ ਤਾਂ ਤੁਹਾਡੀ ਹੁਣ ਜਦ ਤੁਸੀਂ ਬਿਗ ਬੌਸ ਤੋਂ ਆਓਗੇ ਆਪਣੀ ਜਰਨੀ ਪੂਰੀ ਕਰਕੇ ਉਸ ਟਾਈਮ ਹੀ ਹੋਏਗੀ ਤੇ ਮੈਂ ਫਿਰ ਤੁਹਾਡੇ ਕੋਲ ਹੋਰ ਸਵਾਲ ਹੋਣਗੇ ਵੀ ਅੰਦਰ ਹੋਇਆ ਕਿ ਯਾਰ ਮੈਂ ਸੀਰੀਅਸਲੀ ਕਹਿ ਰਿਹਾ ਸਵਾਲ ਲਾਈਕ ਮੈਂ ਆਲਮੋਸਟ ਪੁੱਛ ਚੁੱਕਿਆ ਤੁਹਾਡੇ ਤੋਂ ਸਾਰੇ ਹੈ ਨਾ ਜਿਹੜੀ ਉਹਨਾਂ ਨਾਲ ਸੀਗੀ ਬਟ ਜਿਹੜੀ ਜਿਹੜੀ ਚੀਜ਼ਾਂ ਮੇਰੇ ਦਿਮਾਗ ਸੀ ਉਹਦੇ ਤੁਸੀਂ ਜਵਾਬ ਦਿੱਤੇ ਬਹੁਤ ਬਹੁਤ ਸ਼ੁਕਰੀਆ ਐਂਡ ਮੇਰੇ ਵੱਲੋਂ ਤੁਹਾਨੂੰ ਵੀ ਸ਼ਹਿਨਾਜ਼ ਨੂੰ ਵੀ ਦੋਹਾਂ ਨੂੰ ਆਲ ਦਾ ਬੈਸਟ ਹੈ ਕਿ ਤੁਸੀਂ ਦੋਹੇ ਅੱਛਾ ਪਰਫੋਰਮ ਕਰੋ ਅਤੇ ਪੰਜਾਬ ਦੀ ਕੁੜੀਆਂ ਦੀ ਜਿਹੜੀ ਚਰਚਾ ਹੈ ਉਹ ਹਰ ਪਾਸੇ ਹੋਵੇ ਅਤੇ ਵੈਸੇ ਵੀ ਅੱਜ ਕੱਲ੍ਹ ਤਾਂ ਤੁਹਾਡੀ ਚਰਚਾ ਬਹੁਤ ਹੋ ਰਹੀ ਹੈ ਜਦ ਤੁਹਾਡੀ ਜਾਣ ਦੀਆਂ ਖਬਰਾਂ ਆਈਆਂ ਨੇ ਅਤੇ ਹੁਣ ਹਿਮਾਂਸ਼ੀ ਕਿੰਨੀ ਕੁ ਜਰਨੀ ਪੂਰੀ ਕਰਦੇ ਨੇ ਅੱਗੇ ਅਤੇ ਉੱਥੇ ਕੀ ਕੁਝ ਕਰਦੇ ਨੇ ਉਹ ਸਭ ਤੁਸੀਂ ਬਿਗ ਬੌਸ ਦੇ ਵਿੱਚ ਹੀ ਵੇਖ ਪਾਓਗੇ ਅਤੇ ਉਸਦੀ ਜਿਹੜੀ ਪਲ ਪਲ ਦੀ ਖਬਰ ਹੈ ਜਿਹੜੀ ਇੰਟਰਸਟਿੰਗ ਖਬਰਾਂ ਨੇ ਨਾ ਹਿਮਾਂਸ਼ੀ ਖੁਰਾਨਾ ਨਾਲ ਜੁੜੀਆਂ ਆ ਉਹ ਅਸੀਂ ਤੁਹਾਡੇ ਕੋਲ ਜ਼ਰੂਰ ਪਹੁੰਚਾਉਂਦੇ ਰਹਾਂਗੇ ਅਤੇ ਖਾਸ ਕਰਨਾ ਥੋੜ੍ਹਾ ਜਿਹਾ ਇਹਨਾਂ ਜਦ ਜਦ ਕੋਈ ਮਸਾਲਾ ਲੱਗੂਗਾ ਮੈਂ ਦੇਖਣਾ ਬਹੁਤ ਇੰਟਰਸਟਿੰਗ ਦਿਲ ਤੋਂ ਕਹਿ ਰਹੇ ਦੇਖੋ ਖੁੱਲ੍ਹ ਕੇ ਬਿਲਕੁਲ ਦੇਖਣਾ ਵੀ ਚਾਹੀਦਾ ਹੈ ਹੀ ਮਸਾਲੇਦਾਰ ਸ਼ੋਅ ਹੈ ਨਾ ਬਿਲਕੁਲ ਦੇਖਣਾ ਚਾਹੀਦਾ ਕੈਮਰਾਮੈਨ ਮਿਹਰਬਾਨ ਦੇ ਨਾਲ ਭਵਨੀਤ ਕੌਸ਼ਲ ਸਾਈਨਿੰਗ ਆਫ ਅਤੇ ਅਗਲੀ ਵਾਰ ਹੋਰ ਕਿਸੇ ਕਲਾਕਾਰ ਨਾਲ ਮੁਲਾਕਾਤ ਜ਼ਰੂਰ ਕਰਵਾਵਾਂਗੇ ਕੀਪ ਵਾਚਿੰਗ ABP ਸਾਂਝਾ ਬਾਏ ਬਾਏ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਲਈ ABP ਸਾਂਝਾ ਤੇ ਜਾ ਕੇ ਬੈਲ ਆਈਕਨ ਦਬਾਓ ਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਮੰਦ ਚੈਨਲ ABP ਸਾਂਝਾ ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ